दोस्तों आज दे सिद्धू लाइव शो दे नाल मैं सुखनैप सिंह सिद्धू सांझ पा रहा और डॉक्टर पिंदरजीत कौर गिल पठानकोट तो अपने नाल शामिल ने। तुसी जानदे हो कि इन्हां दा काम जिहड़ा बड़ा कमाल है। अज दे शो दे विच फिर अपने नाल शामिल ने और अज तुसी भी शामिल हो सकदे हो। अपना इंडिया का नंबर 9214-2562-62 विदेशों के सारे नंबर तुहाडे कोल ने, किसी भी नंबर ते कॉल करके शामिल हो सकोगे। डॉक्टर साहब स्वागत, सत श्री अकाल जी। सत श्री अकाल सिद्धू सर, तुहाडा भी बहुत बहुत शुक्रिया श्रोतियां दे रूबरू करते हो। मेहरबानी डॉक्टर साहब, तुसी है ही एडी कमाल दी शख्सियत, बहुत सारा कुछ एहो जिहा हुंदा जिहड़ा अपने स्रोतियां दे वास्ते सांझा करना जरूरी हुंदा। सो तुहाडे वर्गे बुद्धिजीवी ही उन्हां गल्लां नूं सांझा कर सकदे आ। ते अज आपां गल करिए सब तों पहलां कि तुहाडा जिहड़ा थीसिस सी, जो सब्जेक्ट दे उत्ते तुसी पीएचडी कीती है, ਉਹ ਕੀ ਸੀ? ਬਸ ਉੱਥੇ ਗੱਲ ਆਪਾਂ ਚਲਾਉਣੇ ਜੀ ਅੱਗੇ। ਸਿੱਧੂ ਸਰ, ਮੇਰਾ ਪੀ ਐਚ ਡੀ ਦਾ ਟੋਪਿਕ ਤੇ ਹੈਗਾ ਸੀ ਜਾਦੂ ਚਿਕਿਤਸਾ ਸਮਾਜ ਮਨੋਵਿਗਿਆਨਕ ਅਧਿਐਨ ਜੀ, ਡਿਸਟ੍ਰਿਕਟ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਸੰਦਰਭ ਵਿਚ। ਮੈਜਿਕ ਮੈਡੀਸਨ ਸੋਸ਼ੋ ਸਾਈਕੋ ਅਨਾਲਿਸਿਸ ਫੀਲਡ ਵਰਕ ਇਨ ਕੰਟੈਕਸਟ ਆਫ ਡਿਸਟ੍ਰਿਕਟ ਅੰਮ੍ਰਿਤਸਰ ਐਂਡ ਗੁਰਦਾਸਪੁਰ। ਉਹਦੇ ਚ ਮੈਂ ਕੇਸ ਸਟੱਡੀਜ਼ ਕੀਤੀਆਂ ਸੀ, ਡਾਟਾ ਇਕੱਠਾ ਕੀਤਾ ਸੀ ਫੀਲਡ ਚ ਜਾ ਕੇ ਕਿ ਬੰਦੇ ਨੂੰ ਪ੍ਰੋਬਲਮ ਕੋਈ ਹੋਰ ਹੈ ਤੇ ਉਹਦੀਆਂ ਪ੍ਰੋਬਲਮ ਕੋਈ ਸੋਸ਼ੋ ਸਾਈਕੋ ਆ ਤੇ ਉਹਨੂੰ ਕਹਿ ਦਿੱਤਾ ਜਾਂਦਾ ਵੀ ਉਹਨੂੰ ਭੂਤ ਚੰਬੜਿਆ, ਇਹਨੂੰ ਕਸਰ ਹੈ, ਇਹਨੂੰ ਸਾਏ ਦੀ ਪ੍ਰੋਬਲਮ ਹੈ। ਔਰ ਤੇ ਪ੍ਰੋਬਲਮ ਵਿਚਾਰੀ ਦੀ ਕੋਈ ਹੋਰ, ਡਿਪਰੈਸ਼ਨ ਕੋਈ ਡਿਪਰੈਸ਼ਨ ਹੈ। ਤੇ ਉਹਦੇ ਕੇਸ ਸਟੱਡੀ ਸੀ। ਔਰ 2005 ਵਿਚ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਹ ਪੀ ਐਚ ਡੀ ਦਾ ਵਰਕ ਕੀਤਾ ਸੀ ਤੇ ਫਿਰ ਇਹਨੂੰ ਪੰਜਾਬ ਸਰਕਾਰ ਤੋਂ 2007 ਵਿਚ ਸਟੇਟ ਅਵਾਰਡ ਮਿਲਿਆ ਸੀ ਇਸ ਕੰਮ ਨੂੰ ਜੀ। ਸੋ ਇਹ ਵੀ ਇੱਕ ਵੱਡੀ ਪ੍ਰਾਪਤੀ। ਡਾਕਟਰ ਸਾਹਿਬ, ਨਾਲ ਹੀ ਸਾਡੇ ਜਿਹੜੇ ਲੋਕ ਮਿੱਥਾਂ ਨੇ ਅਸੀਂ ਉਨ੍ਹਾਂ ਦੀ ਗੱਲ ਕਰੀਏ, ਕਿਉਂਕਿ ਕੁਛ ਗੱਲਾਂ ਸੱਚ ਹੁੰਦੀਆਂ ਨੇ, ਕੁਛ ਲੋਕ ਵਿਸ਼ਵਾਸ ਹੁੰਦੇ ਨੇ। ਕਈ ਵਾਰ ਇਹ ਵੀ ਹੈ ਕਿ ਕੁਛ ਗੱਲਾਂ ਜਦੋਂ ਫਾਇਦਾ ਦੇ ਜਾਂਦੇ ਕਿਸੇ ਨੂੰ, ਉਥੇ ਵਿਸ਼ਵਾਸ ਪੱਕ ਜਾਂਦਾ ਤੇ ਜੇ ਨੁਕਸਾਨ ਦੇ ਦੇਣ ਫਿਰ ਬੰਦਾ ਹੌਲੀ ਹੌਲੀ ਉਕਤਾ ਜਾਂਦਾ। ਸੋ ਇਹ ਲੋਕ ਮਿੱਥਾਂ ਲੋਕ ਵਿਸ਼ਵਾਸ ਬਣਦੇ ਕਿਵੇਂ ਨੇ? ਹਾਂਜੀ ਸਰ, ਇਹਦੇ ਉੱਤੇ ਵੀ ਮੇਰਾ ਕੰਮ ਸੀ 2010 ਦੇ ਵਿਚ। 2010-11 ਦੇ ਵਿਚ ਮੈਂ ਇੱਕ ਪ੍ਰੋਜੈਕਟ ਕੀਤਾ ਸੀ, UGC ਵੱਲੋਂ ਮੈਨੂੰ ਮਿਲਿਆ ਸੀ ਮਾਈਨਰ ਰਿਸਰਚ ਪ੍ਰੋਜੈਕਟ, ਪੰਜਾਬੀ ਲੋਕ ਵਿਸ਼ਵਾਸ ਪੇਸ਼ਕਾਰੀ ਤੇ ਵਿਸ਼ਲੇਸ਼ਣ, ਪੰਜਾਬੀ ਫੋਕ ਬਿਲੀਵ ਜਿਹੜੇ ਸਾਡੇ ਆ ਉਹਨਾਂ ਦੀ ਪ੍ਰੈਜੈਂਟੇਸ਼ਨ ਤੇ ਅਨਾਲਿਸਿਸ। ਉਹਦੇ ਵਿਚ ਸਾਰੇ ਜਿਹੜੇ ਹੈਗੇ ਸੀ ਲੋਕ ਵਿਸ਼ਵਾਸ, ਉਹਨਾਂ ਨੂੰ ਇਕੱਠੇ ਕੀਤਾ ਪਹਿਲਾਂ ਫੀਲਡ ਚ ਜਾ ਕੇ, ਫਿਰ ਉਹਨਾਂ ਦਾ ਅਨਾਲਿਸਿਸ ਕੀਤਾ, ਉਹਨਾਂ ਦੀ ਕੈਟਾਗਰਾਈਜੇਸ਼ਨ ਵੀ ਕੀਤੀ ਕਿ ਕਿਹੜੀ ਕਿਹੜੀ ਕੈਟਾਗਰੀ ਦੇ ਅੰਦਰ ਆਉਂਦੇ ਨੇ ਉਹ। ਔਰ ਫਿਰ ਉਸ ਤੋਂ ਬਾਅਦ ਕੀ ਨੇ ਲੋਕ ਵਿਸ਼ਵਾਸ ਪਹਿਲੀ ਗੱਲ ਤੇ ਇਹ। ਬਿਲਕੁਲ, ਇਹ ਗੱਲ ਆਪਾਂ ਦੇਖੋ ਵੀ ਜਿਹੜਾ ਲੋਕ ਮਨ ਹੈ ਨਾ ਉਹ ਬੜਾ ਇੰਪੋਰਟੈਂਟ ਹੈ, ਥੋਕ ਮਾਈਂਡ ਜਿਹਨੂੰ ਆਪਾਂ ਕਹਿੰਦੇ ਹਾਂ। ਕਈ ਵਾਰੀ ਰੈਸ਼ਨਲ ਤੋਂ ਰੈਸ਼ਨਲ ਮਾਈਂਡ, ਬੜੇ ਪੜ੍ਹੇ ਲਿਖੇ ਵੀ ਜਿਹੜੇ ਹੋਣਗੇ ਉਹ ਵੀ ਥੋਕ ਮਾਈਂਡ ਦੇ ਤਹਿਤ ਸੋਚਦੇ ਆ। ਔਰ ਲੋਕ ਮਨ ਦੀਆਂ ਜਿਹੜੀਆਂ ਬੁਨਿਆਦੀ ਪ੍ਰਵਿਰਤੀਆਂ ਨੇ ਉਹਨਾਂ ਨੂੰ ਦਬਾਇਆ ਜਾ ਸਕਦਾ, ਘੱਟ ਕੀਤਾ ਜਾ ਸਕਦਾ, ਪਰ ਆਪਾਂ ਉਹਨੂੰ ਜੇ ਕਹੀਏ ਵੀ ਖਤਮ ਕਰ ਦਾਂਗੇ, ਖਤਮ ਨਹੀਂ ਉਹ ਹੋ ਸਕਦੀਆਂ। ਇਸੇ ਕਰਕੇ ਬੰਦਾ ਕਈ ਵਾਰੀ ਥੋਕ ਮਾਈਂਡ ਦੇ ਤਹਿਤ ਸੋਚਦਾ ਸਾਨੂੰ ਨਜ਼ਰ ਆਉਂਦਾ, ਬਿਹੇਵ ਕਰਦਾ ਨਜ਼ਰ ਆਉਂਦਾ। ਜਿਹੜੀ ਤੁਸੀਂ ਗੱਲ ਕੀਤੀ ਹੈ ਲੋਕ ਵਿਸ਼ਵਾਸਾਂ ਦੀ, ਲੋਕ ਵਿਸ਼ਵਾਸ ਜਿਹੜੇ ਆ ਉਹ ਫੋਕ ਮਾਈਂਡ ਤੋਂ ਹੀ ਪੈਦਾ ਹੁੰਦੇ ਆ। ਔਰ ਹੌਲੀ ਹੌਲੀ ਵੇਖੋ ਵੀ ਉਹ ਜਿੱਦਾਂ ਲੋਕਾਂ ਦੀ ਜੀਵਨ ਦਾ ਜੀਵਨ ਜਾਂਚ ਦਾ ਹਿੱਸਾ ਬਣਦੇ ਨੇ, ਫਿਰ ਉਹ ਲੋਕ ਵਿਸ਼ਵਾਸ ਅਸਮਾਉਂਦੇ ਨੇ ਜੀ। ਸਾਰੇ ਲੋਕ ਇਹ ਨੀ ਕਿ ਇੱਕ ਹੁੰਦੇ ਸਾਡੇ ਪਰਸਨਲ ਵਿਸ਼ਵਾਸ, ਕਈ ਵਾਰੀ ਬੰਦੇ ਨੂੰ ਪਰਸਨਲ ਵਹਿਮ ਹੁੰਦਾ ਕਿ ਮੈਂ ਇਹ ਵਾਲਾ ਸੂਟ ਪਾ ਕੇ ਗਿਆ ਨਾ, ਜਾਂ ਇਹ ਵਾਲਾ ਕੱਪੜਾ ਪਾਇਆ, ਇਹ ਵਾਲੀ ਪੱਗ ਬੰਨੀ, ਇਹ ਮੇਰੇ ਲਈ ਲੱਕੀ ਆ। ਉਹ ਹੁੰਦੇ ਬੰਦੇ ਦੇ ਪਰਸਨਲ। ਸਾਡੇ ਜਦੋਂ ਮੈਂ BED ਕਰਦੀ ਸੀ ਤੇ ਹੋਸਟਲ ਦੇ ਵਿਚ ਇੱਕ ਕੁੜੀ ਨੂੰ ਵਹਿਮ ਹੁੰਦਾ ਸੀ ਕਿ ਜੇ ਮੈਂ ਸਿਰ ਵਾ ਕੇ ਪੇਪਰ ਦੇਣ ਗਈ ਨਾ ਮੇਰਾ ਪੇਪਰ ਨੀ ਵਧੀਆ ਹੋਣਾ। ਉਹ ਜਿੰਨੇ ਦਿਨ ਪੇਪਰ ਹੁੰਦਾ ਸੀ ਨਾ ਉਹ ਕੰਗੀ ਨੀ ਸੀ ਕਰਦੀ ਹੁੰਦੀ, ਜਿਸ ਦਿਨ ਵੀ ਪੇਪਰ ਹੁੰਦਾ ਸੀ ਜੀ। ਹੁਣ ਦੱਸਿਆ ਨਾ ਕਰੇ ਤਾਂ ਹੋਰ ਵੀ ਨੰਬਰ ਲੈ ਸਕਦੀ ਹਾਂ, ਪਰਸਨਲ ਵਿਸ਼ਵਾਸ ਹੀ ਉਹਦਾ। ਤੇ ਇੱਕ ਵਿਸ਼ਵਾਸ ਹੋਰ ਹੁੰਦਾ ਹੈ ਨਾ ਕਿ ਗੱਡੀ ਖੜੀ ਹੈ ਜਦੋਂ ਅਸੀਂ ਤੁਰਨ ਲੱਗਦੇ ਹਾਂ, ਅਕਸਰ ਡਰਾਈਵਰਾਂ ਦਾ ਹੁੰਦਾ ਇਹ, ਬਾਕੀ ਬਹੁਤਿਆਂ ਦਾ ਹੁੰਦਾ ਕਿ ਬੈਕ ਗੇਅਰ ਬਾਅਦ ਚ ਪਾਉਣਾ, ਪਹਿਲਾਂ ਪਾਉਣਾ, ਚਾਹੇ ਗਾਂਹ ਕੰਧ ਹੀ ਹੋਵੇ। ਸਾਰੇ ਮਨ ਦੇ ਵਹਿਮਾਂ ਨਾਲ ਵੀ ਜੁੜੇ ਹੋਏ ਬੰਦੇ ਦੇ, ਹਨਾ, ਵਿਸ਼ਵਾਸ ਕੇ ਅੱਗੇ ਨੂੰ ਜਾਣਾ ਆਪਾਂ, ਇੱਕ ਨੰਬਰ ਵੱਲ ਵਧਣਾ। ਫਿਰ ਇੱਕ ਖਿਡਾਰੀਆਂ ਦੇ ਬੜੇ ਵਹਿਮ ਹੁੰਦੇ ਆ, ਜਦੋਂ ਦੇਖੋ ਜਦੋਂ ਬੰਦਾ ਖਿਡਾਰੀ ਖੇਡਦਾ ਹੈ ਤਾਂ ਉਹਦੇ ਤੇ ਕਿੰਨਾ ਪ੍ਰੈਸ਼ਰ ਹੁੰਦਾ। ਅਸੀਂ ਵੇਖਦੇ ਆ ਮੈਚ ਜਦੋਂ ਫੁੱਟਬਾਲ ਦੇ, ਹਾਕੀ ਦੇ, ਜਾਂ ਆਪਣੇ ਕ੍ਰਿਕਟ ਦੇ ਹੁੰਦੇ ਆ, ਤੇ ਉਹ ਪਲੇਅਰ ਵੀ ਕਿੰਨੀ ਮਾਨਸਿਕ ਉਹਦੇ ਵਿਚ ਹੁੰਦੇ ਆ ਨਾ। ਔਰ ਪਲੇਅਰਾਂ ਦੇ ਜਿਹੜੇ ਵਰਲਡ ਦੇ ਫੇਮਸ ਪਲੇਅਰ, ਉਹਨਾਂ ਦੇ ਬੜੇ ਬੜੇ ਵਿਸ਼ਵਾਸ ਜਿਹੜੇ ਆ ਉਹ ਸਾਨੂੰ ਮਿਲਦੇ ਆ ਕਿ ਕਿਹੜਾ ਪਲੇਅਰ ਆਪਣੀ ਜੇਬ ਚ ਕਿਹੜੀ ਫੋਟੋ ਰੱਖਦਾ ਸੀ, ਕਿਹੜਾ ਕੀ ਕਰਦਾ ਸੀ,
ਸੋ ਮਤਲਬ ਇਹ ਸਾਰਿਆਂ ਦੇ ਪਰਸਨਲ ਹੋ ਸਕਦੇ ਆ ਪਰ ਜਦੋਂ ਲੋਕ ਸਮੂਹ ਉਹਨੂੰ ਮੰਨਦਾ ਹੈ ਬਹੁਤ ਸਾਰੇ ਲੋਕ ਜਦੋਂ ਉਹਨੂੰ ਮੰਨਦੇ ਇੱਕ ਸਮਾਜ ਉਹਨੂੰ ਪ੍ਰਵਾਨ ਕਰ ਲੈਂਦਾ ਹੈ ਤੇ ਫਿਰ ਉਹ ਸਾਡੇ ਸਮਾਜ ਦਾ ਹਿੱਸਾ ਬਣ ਜਾਂਦਾ ਤੇ ਫਿਰ ਉਹਨੂੰ ਲੋਕ ਵਿਸ਼ਵਾਸ ਕਿਹਾ ਜਾਂਦਾ ਜਿਹਨੂੰ ਸਾਰੇ ਲੋਕੀ ਮੰਨਣ ਲੱਗ ਪੈਂਦੇ ਆ ਚਾਹੇ ਸਮੇਂ ਦੇ ਨਾਲ ਕਈ ਜਿਹੜੇ ਉਹ ਵੇਲਾ ਇੱਕ ਚੀਜ਼ ਜਿਹੜੀ ਸਮੇਂ ਇੱਕ ਸਮੇਂ ਵਿੱਚ ਬੜੀ ਸਾਰਥਕ ਲੱਗ ਰਹੀ ਹੁੰਦੀ ਹੈ ਵੀ ਇਹ ਏਦਾਂ ਵਾ ਹਨਾ ਪਰ ਕੁਝ ਸਮੇਂ ਬਾਅਦ ਉਹ ਵੇਲਾ ਵਿਹਾ ਜਾਂਦੀ ਆ ਜਾਂ ਕਹਿ ਲੋ ਵੀ ਸਮੇਂ ਦੇ ਨਾਲ ਉਹ ਚੇਂਜ ਹੋ ਜਾਂਦੇ ਆ ਤੇ ਫਿਰ ਉਹ ਲੱਗਦਾ ਵੀ ਨਹੀਂ ਇਹ ਤੇ ਨਿਰਾਰਥਕ ਜੀ ਗੱਲ ਸੀ ਪਰ ਆਪਣੇ ਸਮੇਂ ਦੇ ਉਹਨੂੰ ਕੰਟੈਕਸਟ ਵਿੱਚ ਵੇਖੀਏ ਤੇ ਉਹ ਬਿਲਕੁਲ ਜਿਹੜੀ ਉਹ ਉਦੋਂ ਜਾਇਜ਼ ਹੁੰਦੀ ਆ ਜਾਂ ਉਸ ਸਮੇਂ ਦੇ ਲੋਕਾਂ ਦੀ ਸੋਚ ਸਮਝ ਜਿੱਥੇ ਸਮਰੱਥਾ ਜਿੰਨੀ ਹੁੰਦੀ ਆ ਉਹਦੇ ਅਨੁਸਾਰ ਉਸ ਟਾਈਮ ਤੇ ਸਹੀ ਹੁੰਦੀ ਆ ਹੁਣ ਜਿੱਦਾਂ ਪਹਿਲੀਆਂ ਚ ਇੱਕ ਲੋਕ ਵਿਸ਼ਵਾਸ ਹੁੰਦਾ ਸੀ ਪੁਰਾਣੇ ਸਮੇਂ ਚ ਕੇ ਗਿੱਦੜ ਦਾ ਮੱਥੇ ਲੱਗਣਾ ਜਿਹੜਾ ਹਨਾ ਵਧੀਆ ਮੰਨਿਆ ਜਾਂਦਾ ਸੀ ਜਾਂ ਹਿਰਨ ਦਾ ਮੰਨਿਆ ਜਾਂਦਾ ਸੀ ਪਰ ਹੁਣ ਤੇ ਦੇਖੋ ਜੰਗਲ ਹੀ ਨੀ ਰਹੇ ਗਿੱਦੜ ਹਿਰਨ ਕਿੱਥੋਂ ਮਿਲਣਗੇ ਬੰਦੇ ਨੂੰ ਸੋ ਇਸ ਕਰਕੇ ਉਹ ਸਮੇਂ ਦੇ ਨਾਲ ਉਹ ਲੋਕ ਵਿਸ਼ਵਾਸ ਤੇ ਖਤਮ ਹੋ ਗਿਆ ਔਰ ਕੁਝ ਲੋਕ ਵਿਸ਼ਵਾਸ ਜਿਹੜੇ ਨੇ ਸਮੇਂ ਦੇ ਨਾਲ ਅੰਧ ਵਿਸ਼ਵਾਸਾਂ ਚ ਬਦਲ ਜਾਂਦੇ ਆ ਕੁਝ ਖਤਮ ਹੋ ਜਾਂਦੇ ਆ ਤੇ ਕਈਆਂ ਦਾ ਰੂਪ ਪਰਿਵਰਤਨ ਹੋ ਜਾਂਦਾ ਅੰਧ ਵਿਸ਼ਵਾਸ ਦੇ ਵਿੱਚ ਕਿੰਨਾ ਕੁ ਫਾਸਲਾ ਰਹਿ ਜਾਂਦਾ ਹਾਂਜੀ ਵਿਸ਼ਵਾਸ ਤੇ ਅੰਧ ਵਿਸ਼ਵਾਸ ਚ ਕਿੰਨਾ ਕੁ ਫਰਕ ਰਹਿ ਜਾਂਦਾ ਵਿਸ਼ਵਾਸ ਤੇ ਅੰਧ ਵਿਸ਼ਵਾਸ ਚ ਬੜਾ ਫਰਕ ਹੈ ਇੱਕ ਜਦੋਂ ਕੋਈ ਚੀਜ਼ ਹੋਣ ਵਿੱਚ ਆਉਂਦੀ ਆ ਤੇ ਉਦੋਂ ਵਿਸ਼ਵਾਸ ਦੇ ਬੇਸ ਤੇ ਆਉਂਦੀ ਆ ਪਰ ਕਈ ਵਾਰੀ ਫਿਰ ਉਹ ਜਦੋਂ ਲੋਕਾਂ ਨੂੰ ਉਹਦਾ ਬੇਸ ਤੇ ਪਤਾ ਨੀ ਹੁੰਦਾ ਪਰ ਉਹ ਅੰਧ ਵਿਸ਼ਵਾਸ ਦੇ ਤਹਿਤ ਹੀ ਉਹਨੂੰ ਮੰਨੀ ਜਾਂਦੇ ਆ ਉਹ ਕਰੀ ਜਾਂਦੇ ਆ ਉਹਦੇ ਮਗਰ ਉਹਦਾ ਲੌਜਿਕ ਵੀ ਨੀ ਪਤਾ ਉਹਦੀ ਫਾਰਮ ਵੀ ਬਦਲ ਜਾਂਦੀ ਆ ਤੇ ਫਿਰ ਉਹ ਅੰਧ ਵਿਸ਼ਵਾਸ ਦਾ ਰੂਪ ਵੀ ਧਾਰਨ ਕਰ ਲੈਂਦਾ ਤੇ ਕਈ ਵਾਰੀ ਸਮੇਂ ਦੇ ਨਾਲ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਵੀ ਉਹ ਵੇਲਾ ਹੀ ਰਿਹਾ ਜਾਂਦਾ ਖਤਮ ਹੋ ਜਾਂਦਾ ਤੇ ਫਿਰ ਉਹਦੀ ਕੋਈ ਪਤੀ ਉਹ ਨੀ ਰਹਿੰਦੀ ਦੇਖੋ ਇੱਕ ਜ਼ਮਾਨਾ ਸੀ ਜਦੋਂ ਅੰਸੀਆਂ ਪਾਉਂਦੇ ਹੁੰਦੇ ਸੀ ਤੇ ਭਵਿੱਖ ਬਾਰੇ ਅਨੁਮਾਨ ਲਗਾਇਆ ਜਾਂਦਾ ਸੀ ਹੁਣ ਜ਼ਿੰਦਗੀ ਕਿੰਨੀ ਫਾਸਟ ਹੋ ਗਈ ਆ ਕਿ ਅੰਸੀਆਂ ਪਾਉਣ ਦਾ ਮੈਨੂੰ ਲੱਗਦਾ ਕਿਸੇ ਕੋਲ ਟਾਈਮ ਹੀ ਨੀ ਹੈਗਾ ਮਿਸ ਕਾਲ ਮਾਰ ਕੇ ਪੁੱਛ ਲੈਣਾ ਕਦੋਂ ਕਹਣਾ ਹਾਂਜੀ ਤੋ ਜਦੋਂ ਸਮਾਂ ਬਦਲੇਗਾ ਤੇ ਉਹਦੇ ਨਾਲ ਲੋਕ ਵਿਸ਼ਵਾਸ ਜਿਹੜੇ ਬਦਲਣਗੇ ਹੀ ਜੀਵਨ ਵਿਹਾਰ ਜਿਹੜਾ ਜਿਹੜੀ ਸਾਡੀ ਫੋਕਲੋਰ ਹੈ ਉਹਨੇ ਉਹ ਪਰਿਵਰਤਨਸ਼ੀਲ ਆ ਚੇਂਜ ਬਦਲੇ ਉਹਨੇ ਚੇਂਜ ਹੋਣਾ ਹੀ ਹੋਣਾ ਕਦੇ ਸਾਡੇ ਵੀ ਬਨੇਰੇ ਆ ਕੇ ਬੋਲਦੇ ਨੇ ਤੋ ਬੋਲਦਾ ਗੁਆਂਢੀਆਂ ਦੇ ਕੰਮ ਦੀ ਬਹੁਤ ਹੁੰਦੀ ਸੀ ਹਨਾ ਜੀ ਉਦੋਂ ਹਾਂਜੀ ਤੇ ਹੁਣ ਵੇਖੋ ਹੁਣ ਕਿੰਨੇ ਕੁ ਲੋਕੀ ਕਾਵਾਂ ਨੂੰ ਉਡੀਕਦੇ ਆ ਮੈਨੂੰ ਲੱਗਦਾ ਮੈਂ ਸ਼ਰਾਧਾਂ ਵਿੱਚ ਹੀ ਵੇਖਿਆ ਬਸ ਕਾਵਾਂ ਨੂੰ ਮਿਲਦੇ ਉਹ ਵੀ ਨੀ ਹੁਣ ਦੇਖਦੇ ਹਨਾ ਤੇ ਉਹ ਵੀ ਲੋਕ ਵਿਸ਼ਵਾਸ ਹੈ ਤੇ ਉਹ ਵੀ ਕਹਿ ਲੋ ਇੱਕ ਧਰਮ ਦਾ ਇੱਕ ਕਹਿ ਲੋ ਵੀ ਰੂੜ ਹੋ ਚੁੱਕੀ ਪਰੰਪਰਾ ਵਾ ਜਿਹਨੂੰ ਲੋਕ ਨਿਭਾਉਂਦੇ ਆ ਤੇ ਮਤਲਬ ਇਹ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਪੱਖ ਨੇ ਹਾਂਜੀ ਵਿਸ਼ਵਾਸਾਂ ਦੇ ਉੱਤੇ ਕਿੰਨਾ ਕੁ ਵਿਸ਼ਵਾਸ ਕਰ ਲੈਂਦੇ ਆ ਲੋਕ ਜੇ ਆਪਾਂ ਇਸ ਨਜ਼ਰੀਏ ਤੋਂ ਦੇਖੀਏ ਔਂਸੀਆਂ ਪਾਉਣਾ ਸੀ ਜਾਂ ਕੋਈ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਫਿਰ ਉੱਥੇ ਗੱਲ ਆ ਜਾਂਦੀ ਹੈ ਕਿ ਪਾਈਆਂ ਗਿਣੀਆਂ ਤੇ ਵੈਸੇ ਡਾਕਟਰ ਸਾਹਿਬ ਥੋੜਾ ਜਿਹਾ ਇਹ ਵੀ ਬਹੁਤ ਸਾਰੇ ਲੋਕ ਮੇਰੇ ਵਰਗੇ ਹੋਣਗੇ ਜਿਹੜੇ ਭੁੱਲ ਗਏ ਹੋਣੇ ਕਿ ਔਂਸੀਆਂ ਪਾਉਣਾ ਤੇ ਉਹਦਾ ਮਨੋਰਥ ਕੀ ਹੁੰਦਾ ਸੀ ਕਿਵੇਂ ਕਿਹਾ ਜਾਂਦਾ ਸੀ ਕਿ ਸਹੀ ਪੈ ਗਈਆਂ ਜਾਂ ਥੋੜਾ ਬਹੁਤ ਫਰਕ ਰਹਿ ਗਿਆ ਸਰ ਅੰਸੀ ਪਾਉਣਾ ਦੇ ਜਦੋਂ ਖਾਸ ਕਰ ਮੁਟਿਆਰਾਂ ਪਾਉਂਦੀਆਂ ਸੀ ਕਿ ਮੇਰਾ ਮਾਈ ਆ ਜਿਹੜਾ ਉਹ ਵਾਪਸ ਕਦੋਂ ਆਏਗਾ ਕਿ ਨਹੀਂ ਇੱਕ ਲੀਕਾਂ ਮਾਰ ਕੇ ਜ਼ਮੀਨ ਦੇ ਉੱਤੇ ਇੱਕ ਛੱਡ ਦੇਣੀ ਤੇ ਇੱਕ ਸਿਰ ਛੱਡ ਦੇਣੀ ਹਨਾ ਤੇ ਐਂਡ ਦੇ ਉੱਤੇ ਜੇ ਉਹ ਰਾਹ ਦੇਗੀ ਲਾਸਟ ਰਹਿ ਗਈ ਆ ਤੇ ਸਮਝੋ ਵੀ ਉਹ ਆਏਗਾ ਜੇ ਨਹੀਂ ਆ ਤੇ ਫਿਰ ਉਹ ਹਨਾ ਫੇਰ ਤਿੰਨ ਵਾਰੀ ਪਾ ਕੇ ਵੇਖੀ ਜਾਂਦੀ ਕਿ ਪਹਿਲੀ ਵਾਰੀ ਦੂਜੀ ਵਾਰੀ ਔਰ ਤੀਸਰੀ ਵਾਰੀ ਹਨਾ ਤੇ ਜੇ ਤਿੰਨੇ ਵਾਰੀ ਆ ਜਾਂਦੀ ਸੀ ਤੇ ਫੇਰ ਲੱਗਦਾ ਸੀ ਉਹ ਆਏਗਾ ਕਿਉਂਕਿ ਉਸ ਟਾਈਮ ਦੇ ਕਿਹੜੇ ਫੋਨ ਸੀ ਤੇ ਗੱਲ ਕਰ ਲੈਣੀ ਸੀ ਤੇ ਮੈਨੂੰ ਏਦਾਂ ਲੱਗਦਾ ਵੀ ਅੱਜ ਤੇ ਨਾ ਫੋਨ ਨੇ ਵੇਖੋ ਉਸ ਜ਼ਮਾਨੇ ਦੇ ਗੀਤ ਵੇਖੋ ਉਸ ਜ਼ਮਾਨੇ ਦੇ ਫੀਲਿੰਗਸ ਵੇਖੋ ਤੇ ਉਹਨਾਂ ਚ ਜਿਆਦਾ ਫੀਲਿੰਗਸ ਆ ਤੇ ਉਹ ਇਸੇ ਕਰਕੇ ਹੀ ਆ ਕਿ ਬੰਦਾ ਵਿਸ਼ਵਾਸ ਦੇ ਨਾਲ ਪਿਆਰ ਦੇ ਨਾਲ ਜੁੜਿਆ ਸੀ ਤੇ ਅੱਜ ਕੱਲ ਤੇ ਮੈਂ ਕਹਿੰਦੀ ਆ ਵੀ ਕੀ ਉਹ ਬੋਲਦੇ ਆ ਕਿ ਅੱਜ ਕੱਲ ਤੇ ਬੰਦੇ ਦਾ ਸਭ ਤੋਂ ਵੱਡਾ ਦੁਖਾਂਤ ਮੈਨੂੰ ਜੋ ਲੱਗਦਾ ਹੈ ਨਾ ਉਹ ਇਹ ਆ ਵੀ ਉਹਦੀ ਜਿਹੜੀ ਕੰਸੈਂਟਰੇਸ਼ਨ ਹੈ ਨਾ ਫੋਕਸ ਇੱਕ ਚੀਜ਼ ਤੇ ਨਹੀਂ ਆ ਉਹ ਡਾਇਵਰਟ ਆ ਤੇ ਉਹ ਬੜਾ ਖੂਬਸੂਰਤ ਲਾਈਨਾਂ ਨੇ ਕਿ ਰਾਹਾਂ ਚ ਕੋਈ ਹੋਰ ਹੈ ਬਾਹਾਂ ਚ ਕੋਈ ਸਾਹਾਂ ਚ ਕੋਈ ਹੋਰ ਹੈ ਰਾਹਾਂ ਚ ਕੋਈ ਹੋਰ ਹੈ ਤੇ ਬਾਹਾਂ ਚ ਕਿਸੇ ਹੋਰ ਦੀਆਂ ਬਿਸਰੇ ਪਏ ਹਾਂ ਬੰਦਾ ਹੈਗਾ ਕਿਤੇ ਆ ਸੋਚਦਾ ਕਿਤੇ ਆ ਕਰਦਾ ਕੁਝ ਆ ਬਿਲਕੁਲ ਬਿਲਕੁਲ ਸਹੀ ਗੱਲ ਹਨਾ ਸੋ ਅੱਜ ਦਾ ਬੰਦਾ ਦਵੰਦ ਦਾ ਸ਼ਿਕਾਰ ਹੈ ਪੁਰਾਣੇ ਮੈਨੂੰ ਲੱਗਦਾ ਲੋਕ ਦਵੰਦ ਦੇ ਸ਼ਿਕਾਰ ਨਹੀਂ ਸੀ ਬਿਲਕੁਲ ਤੇ ਗੁਰਬਾਣੀ ਚ ਵੀ ਆਉਂਦਾ ਕਿ ਦੁਬਧਾ ਜਿਹੜੀ ਉਹ ਬੜੀ ਮਾੜੀ ਆ ਜਾਂ ਦੁਬਧਾ ਜਿਹੜੀ ਉਹ ਹੋਣੀ ਨੀ ਚਾਹੀਦੀ ਦੁਕਿੱਤੀ ਜੀ ਹਾਂਜੀ ਤੇ ਜੀ ਨਾਲ ਦੱਸ ਰਹੀ ਹੈ ਸਰੋਤਿਆਂ ਨੂੰ ਕਿ ਡਾਕਟਰ ਰੁਪਿੰਦਰਜੀਤ ਕੌਰ ਗਿੱਲ ਪ੍ਰੋਫੈਸਰ ਨੇ ਆਪਣੇ ਨਾਲ ਅੱਜ ਸ਼ਾਮਲ ਤਾਂ ਬਹੁਤ ਵਾਰ ਹੁੰਦੇ ਨੇ ਪਰ ਮੈਂ ਚਾਹੁੰਦਾ ਕਿ ਸੱਜਣੋ ਤੁਸੀਂ ਜਿਹੜੇ ਮੇਰੀ ਆਵਾਜ਼ ਨੂੰ ਸੁਣ ਰਹੇ ਹੋ ਵਿਸ਼ਵਾਸ ਅੰਧ ਵਿਸ਼ਵਾਸ ਦੋਵਾਂ ਵਿਸ਼ਿਆਂ ਤੇ ਆਪਾਂ ਗੱਲ ਕਰਦੇ ਹਾਂ ਤੁਹਾਡਾ ਵੀ ਕਿਸੇ ਨਾ ਕਿਸੇ ਦਾ ਕੋਈ ਵਾਹ ਵਾਸਤਾ ਇਹਨਾਂ ਚੀਜ਼ਾਂ ਦਾ ਰਹੂਗਾ ਹਰੇਕ ਦਾ ਹੀ ਹੈ
क्योंकि एक दिन मैं देखा कि गोरे भी विश्वासां अंध विश्वासां विश्वास करते लोक मिथां दे विच उन्हां दा भी यकीन है। कोई भी तजर्बा कोई घटना कोई सवाल तुहाडे मन च आउंदा है इस प्रोग्राम दे विच इनवॉल्वमेंट जरूर करो। लाइन तुहाडे वास्ते खोलियां होईयां ने 9216425762914257 फिर गल उत्थे आ जांदी है कि विश्वासां दी उपज कदे नाल जुड़ी है किवें असी किसी गल का विश्वास कर लैने किवें साडा विश्वास टुट जांदा है ये सारियां घाटां किवें घड़ियां जांदी ਤੁਸੀਂ ਸਰ ਦੇਖੋ ਇਹ ਸਾਰਾ ਸਿਸਟਮ ਜਿਹੜਾ ਨਾ ਬੜਾ ਚਲੋ ਕੰਪਲੈਕਸ ਹੈ ਇਹ ਸਾਡੀ ਭੂਗੋਲਿਕਤਾ ਨਾਲ ਵੀ ਜੁੜਿਆ ਹੋਇਆ ਹੈ ਜਿਹੜੇ ਖਿੱਤੇ ਚ ਅਸੀਂ ਰਹਿੰਦੇ ਹਾਂ ਉਹਦੇ ਨਾਲ ਸੰਬੰਧਿਤ ਵੀ ਸਾਨੂੰ ਲੋਕ ਵਿਸ਼ਵਾਸ ਮਿਲਦੇ ਆ ਸਾਡਾ ਕਲਚਰਲ ਜਿਹੜੀਆਂ ਵੈਲਿਊਜ ਆ ਉਹਦੇ ਨਾਲ ਸੰਬੰਧਿਤ ਵੀ ਮਿਲਦੇ ਆ ਦੇਖੋ ਫਿਰ ਇਹ ਪੀੜੀ ਦਰ ਪੀੜੀ ਵੀ ਅੱਗੇ ਆਉਂਦੇ ਆ ਸਭ ਤੋਂ ਵੱਡੀ ਗੱਲ ਇਹਦੇ ਚ ਇਹ ਹੈ ਕਿ ਸਾਈਕੀ ਹਿਊਮਨ ਜਿਹੜੀ ਸਾਈਕੀ ਹੈ ਨਾ ਉਹ ਬੜੀ ਮਾਇਨੇ ਰੱਖਦੀ ਆ ਤੇ ਮਨ ਦੇ ਉੱਤੇ ਜਿਹੜੀ ਚੀਜ਼ ਆ ਮੰਨ ਲਓ ਕਿਸੇ ਨੂੰ ਪੰਡਿਤ ਕਹਿ ਦੇ ਵੀ ਤੇਰਾ ਐਕਸੀਡੈਂਟ ਹੋਣ ਦੀ ਸੰਭਾਵਨਾ ਵਾ ਜਾਂ ਤੇਰਾ ਦੁਰਘਟਨਾ ਹੋ ਸਕਦੀ ਮੈਂ ਕਹਿੰਦੀ ਹਾਂ ਨਹੀਂ ਹੋਣਾ ਤਾਂ ਵੀ ਹੋ ਜਾਏਗਾ ਐਕਸੀਡੈਂਟ ਕਿਉਂਕਿ ਮਨ ਦੇ ਵਿੱਚ ਕਿਤੇ ਨਾ ਕਿਤੇ ਉਹ ਡਰ ਬੈਠ ਗਿਆ ਡਾਵਾਡੋਲ ਤੇ ਹੁਣ ਜਿਹੜੇ ਬੰਦੇ ਦੇ ਜਨਮ ਤੋਂ ਲੈ ਕੇ ਨਾ ਈਵਨ ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਆ ਉਹਦੇ ਨਾਲ ਸੰਬੰਧਿਤ ਵੀ ਬੜੇ ਲੋਕ ਵਿਸ਼ਵਾਸ ਮਿਲਦੇ ਆ ਤੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਫਿਰ ਉਹਦੀ ਮੌਤ ਤੱਕ ਬਹੁਤ ਸਾਰੇ ਲੋਕ ਵਿਸ਼ਵਾਸ ਜਿਹੜੇ ਆ ਉਹ ਪੈ ਗਿਆ ਇਹਦਾ ਮਤਲਬ ਕਿ ਬੰਦੇ ਜਿੱਦਾਂ ਕਹਿੰਦੇ ਨਾ ਕਿ ਪੰਜਾਬੀ ਜੰਮਦਾ ਗੀਤਾਂ ਚ ਆ ਫਿਰ ਵਿਆਹ ਤੋਂ ਲੈ ਕੇ ਤੇ ਜੰਮਣ ਤੋਂ ਲੈ ਕੇ ਗੀਤ ਹਨਾ ਜੰਮਣ ਤੇ ਵੀ ਗੀਤ ਹੈ ਵਿਆਹ ਦੇ ਵੀ ਗੀਤ ਹੈ ਤੇ ਮਰਨ ਤੇ ਅਲਾਉਣੀਆਂ ਨੇ ਇਸੇ ਤਰ੍ਹਾਂ ਹੀ ਵਿਸ਼ਵਾਸ ਵੀ ਮੈਂ ਕਹਿੰਦੀ ਵੀ ਇਸੇ ਤਰ੍ਹਾਂ ਹੀ ਹੈ ਜਿੱਦਾਂ ਲੋਕ ਗੀਤ ਸਾਡੇ ਜੀਵਨ ਦਾ ਇੱਕ ਅਟੁੱਟ ਅੰਗ ਨੇ ਨਾ ਉਸੇ ਤਰ੍ਹਾਂ ਲੋਕ ਵਿਸ਼ਵਾਸ ਵੀ ਨੇ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਵੀ ਜਿਹੜੇ ਹੈਗੇ ਆ ਵਿਸ਼ਵਾਸ ਸ਼ੁਰੂ ਹੋ ਜਾਂਦੇ ਆ ਤੇ ਉਹਦੀ ਮੌਤ ਤੱਕ ਜੁੜੇ ਹੋਏ ਨੇ ਜੀਵਨ ਦੇ ਹਰ ਪੱਖ ਨਾਲ ਸੰਬੰਧਿਤ ਸਾਨੂੰ ਲੋਕ ਵਿਸ਼ਵਾਸ ਮਿਲਦੇ ਨੇ। ਡਾਕਟਰ ਸਾਹਿਬ ਵਿਸ਼ਵਾਸ ਬੱਚੇ ਦੇ ਜਨਮ ਤੋਂ ਸ਼ੁਰੂ ਹੋ ਜਾਂਦੇ ਉਹ ਕਿਹੋ ਜਿਹੇ ਹੁੰਦੇ ਆਪਾਂ ਜੇ ਇਹਨੂੰ ਸਟੈਪ ਬਾਈ ਸਟੈਪ ਇਹਨਾਂ ਦੀ ਵੀ ਗੱਲ ਕਰਦੇ ਰਹੀਏ ਕਿੱਥੇ ਕਿੱਥੇ ਸਾਡੀ ਮਾਨਸਿਕਤਾ ਇਹਨਾਂ ਦੇ ਨਾਲ ਜੁੜ ਜਾਂਦੀ ਜਿੱਦਾਂ ਦੇਖੋ ਕਿ ਬੱਚੇ ਦੇ ਜਨਮ ਤੋਂ ਜਿੱਦਾਂ ਸ਼ੁਰੂ ਹੋ ਜਾਂਦੇ ਆ ਵੀ ਕਹਿੰਦੇ ਵੀ ਜਿਹੜੀ ਔਰਤ ਨੇ ਬੱਚਾ ਸਿਆਣਾ ਹੈ ਸਭ ਤੋਂ ਪਹਿਲਾਂ ਤੇ ਉਹ ਨਾਰੀਅਲ ਦਾ ਫਲ ਖਾਵੇ ਤੇ ਇੱਕ ਨਾਰੀਅਲ ਦੇ ਵਿੱਚ ਫੁੱਲ ਹੁੰਦਾ ਹੈ ਫੁੱਲ ਵਾਲਾ ਨਾਰੀਅਲ ਤੇ ਉਹ ਜਿਹੜੀ ਔਰਤ ਉਹ ਖਾਂਦੀ ਆ ਫਲ ਤੇ ਇਹ ਮੰਨਿਆ ਜਾਂਦਾ ਕਿ ਫਿਰ ਉਹਨੂੰ ਨਰ ਬੱਚੇ ਦੀ ਪ੍ਰਾਪਤੀ ਜਿਹੜੀ ਆ ਉਹ ਹੋਏਗੀ ਠੀਕ ਹੈ ਫਿਰ ਇਹ ਵੀ ਮੰਨਿਆ ਜਾਂਦਾ ਕਿ ਜੇਕਰ ਜਿਹੜੀ ਬਾਂਝ ਔਰਤ ਆ ਉਹਦੇ ਬੱਚਾ ਨਹੀਂ ਹੁੰਦਾ ਤੇ ਉਹ ਕੱਪੜੇ ਦਾ ਬੱਚਾ ਬਣਾ ਲਏ ਗੁੱਡਾ ਬਣਾ ਕੇ ਉਹਨਾਂ ਖੇਡੇ ਤੇ ਉਹਨੂੰ ਖਿਡਾਵੇ ਤੇ ਉਹਦੇ ਆਪਣੇ ਆਪ ਜਿਹੜਾ ਬੱਚਾ ਵਾ ਉਹ ਪੈਦਾ ਹੋ ਜਾਏਗਾ ਫਿਰ ਬਹੁਤ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿੱਦਾਂ ਇੱਕ ਡਾਕਟਰ ਸਾਹਿਬ ਇਹਦੇ ਨਾਲ ਜੁੜੀ ਹੋਰ ਗੱਲ ਵੀ ਹੈ ਨਾ ਕਿ ਜਦੋਂ ਔਰਤ ਕੋਈ ਗਰਭਵਤੀ ਹੁੰਦੀ ਆ ਤਾਂ ਮੈਡੀਕਲ ਸਾਇੰਸ ਵੀ ਇਹ ਗੱਲ ਮੰਨਦੀ ਹੈ ਕਿ ਜਿਹੋ ਜਿਹਾ ਉਹਨੂੰ ਵਾਤਾਵਰਣ ਦਿਓਗੇ ਉਹੇ ਜਿਹਾ ਗਾਹਾਂ ਬੱਚੇ ਨੂੰ ਮਾਹੌਲ ਮਿਲੂਗਾ ਉਹਦੀ ਸੋਚ ਤੇ ਜਿਹੜੀ ਉਹਦਾ ਮਤਲਬ ਪਾਲਣ ਪੋਸ਼ਣ ਅਸਰ ਹੋਏਗਾ ਹਾਂਜੀ ਦੇਖੋ ਜਿੰਨੀ ਸਵੱਲੀ ਅਸੀਂ ਉਹਨੂੰ ਇਨਵਾਇਰਮੈਂਟ ਦੇਵਾਂਗੇ ਉਸ ਲੇਡੀ ਨੂੰ ਸਵੱਲੀ ਜਿੰਨੀ ਸਵੱਲੀ ਕੁੱਖ ਉਨੀ ਸਵੱਲੀ ਉਹਦੀ ਕੁੱਖ ਹੋਏਗੀ ਜਿੰਨਾ ਇਨਵਾਇਰਮੈਂਟ ਜਿਹੜਾ ਉਹ ਵਧੀਆ ਹੋਏਗਾ ਹੁਣ ਇਹ ਵੀ ਮੰਨਿਆ ਜਾਂਦਾ ਵਾ ਕਿ ਅਭਿਮਨਿਊ ਜਿਹੜਾ ਸੀ ਉਹਨੇ ਆਪਣੇ ਮਾਂ ਦੇ ਗਰਭ ਦੇ ਵਿੱਚ ਹੀ ਤਕਰਵੀ ਤੋਂ ਬਾਹਰ ਨਿਕਲਣਾ ਸਿੱਖਿਆ ਸੀ ਕਹਿੰਦੇ ਕਿ ਬੱਚੇ ਦੇ ਉੱਤੇ ਬਹੁਤ ਅਸਰ ਪੈਂਦਾ ਹੈ ਇਸੇ ਕਰਕੇ ਕਿਹਾ ਜਾਂਦਾ ਕਿ ਮਾਂ ਨੂੰ ਵੱਧ ਤੋਂ ਵੱਧ ਵਧੀਆ ਵਿਚਾਰ ਰੱਖਣੇ ਚਾਹੀਦੇ ਆ ਪਾਠ ਕਰਨਾ ਚਾਹੀਦਾ ਵੱਧ ਤੋਂ ਵੱਧ ਫਿਰ ਕਦੇ ਵੀ ਕਰੂਪ ਚੀਜ਼ਾਂ ਨਾ ਵੇਖੀ ਬੱਚੇ ਦੇ ਉੱਤੇ ਅਸਰ ਪਏਗਾ ਸੂਰਜ ਗ੍ਰਹਿਣ ਨਾਲ ਸੰਬੰਧਿਤ ਬੜੇ ਸਾਰੇ ਲੋਕ ਵਿਸ਼ਵਾਸ ਜਿਹੜੇ ਉਹ ਮਿਲਦੇ ਆ ਇੱਕੋ ਨਾ ਆਉਂਦੇ ਹੁੰਦੇ ਆ ਡਕੌਂਤ ਹੁੰਦੇ ਸਾਡੇ ਪਿੰਡਾਂ ਚ ਤਾਂ ਕਹਿੰਦੇ ਉਹਨਾਂ ਨੂੰ ਸ਼ਾਇਦ ਕੁਛ ਹੋਰ ਵੀ ਕਹਿੰਦੇ ਉਹ ਗ੍ਰਹਿਣ ਲੱਗਣ ਤੋਂ ਪਹਿਲਾਂ ਕੁਛ ਤੀਲੇ ਜੇ ਦੇ ਜਾਂਦੇ ਦੁੱਬ ਕਹਿੰਦੇ ਉਹਨੂੰ ਸ਼ਾਇਦ ਵੀ ਪਤਾ ਨੀ ਘਰੇ ਰੱਖਣੀ ਚੰਗੀ ਹੁੰਦੀ ਆ ਜਾਂ ਦੁੱਧ ਪਾਣੀ ਚ ਜਾਂ ਕਿਤੇ ਮੈਨੂੰ ਪਤਾ ਨੀ ਕਿੱਥੇ ਰੱਖਦੇ ਆ ਪਰ ਉਹ ਪੱਤੇ ਜੇ ਫੜਾ ਕੇ ਜ਼ਰੂਰ ਜਾਂਦੇ ਹੁੰਦੇ ਡੱਕੇ ਜੇ ਹੁੰਦੇ ਆ ਹਰੇ ਜੇ ਹਾਂਜੀ ਫਿਰ ਕਹਿੰਦੇ ਜੀ ਪ੍ਰੈਗਨੈਂਟ ਕਿਹੜੀ ਕੋਲੋਂ ਦਾਨ ਪੁੰਨ ਕਰਾਇਆ ਜਾਂਦਾ ਵਾ ਉਹਨੂੰ ਸਮਾਧਾਂ ਸਿਵਿਆਂ ਕੋਲੋਂ ਲੰਘਣ ਦੀ ਮਨਾਹੀ ਹੁੰਦੀ ਆ ਉਹਦੇ ਪੱਲਿਆਂ ਨਾਲ ਜੇ ਦਾਣੇ ਬੰਨੇ ਜਾਂਦੇ ਆ ਉਸਨੂੰ ਏਦਾਂ ਬਹੁਤ ਸਾਰੇ ਜਿਹੜੇ ਆ ਅੱਠਵੇਂ ਮਹੀਨੇ ਉਹਨੇ ਘਰੋਂ ਬਾਹਰ ਪੈਰ ਨੀ ਪਾਉਣਾ ਹੁਣ ਜੇ ਸੈਂਟੀਫਿਕ ਵੇਖਿਆ ਜਾਵੇ ਤੇ 8th ਮੰਥ ਜਿਹੜਾ ਬੜਾ ਕਰੂਸ਼ੀਅਲ ਮੰਨਿਆ ਜਾਂਦਾ ਇਸੇ ਕਰਕੇ ਕਿਹਾ ਜਾਂਦਾ ਕਿ ਘਰੋਂ ਬਾਹਰ ਨਹੀਂ ਜਾਣਾ ਕਿ ਕੋਈ ਵੀ ਉਹ ਮਿਸਹੈਪਨਿੰਗ ਨਾ ਹੋ ਜੇ ਸੋ ਏਦਾਂ ਬਹੁਤ ਸਾਰੇ ਵਿਸ਼ਵਾਸ ਨੇ ਜਿਹੜੇ ਕਿ ਮੈਂ ਆਪਣੀ ਬੁੱਕ ਚ ਦੇਖ ਰਹੀ ਸੀ ਤੁਸੀਂ ਗੱਲ ਕੀਤੀ ਮੈਂ ਆਪਣੀ ਬੁੱਕ ਪੜੀ ਹੋਈ ਆ ਤੇ ਕਾਫੀ ਸਾਰੇ ਜਿਹੜੇ ਪ੍ਰੈਗਨੈਂਸੀ ਦੇ ਨਾਲ ਸੰਬੰਧਿਤ ਹੀ ਆ ਹਾਂਜੀ ਫਿਰ ਬੱਚੇ ਮੈਨੂੰ ਇਹ ਵੀ ਯਾਦ ਹੈ ਕਿ ਬੱਚੇ ਜਦੋਂ ਦੰਦ ਕੱਢਦਾ ਪਹਿਲਾਂ ਤੇ ਉਹਨੂੰ ਨਾਰੀਅਲ ਦੀ ਗਿਰੀ ਜਿਹੜੀ ਉਹਦੇ ਦੰਦਾਂ ਨੂੰ ਠਕੋਰੀ ਜਾਂਦੀ ਆ ਮਿਸ਼ਰੀ ਵੰਡੀ ਜਾਂਦੀ ਆ ਸੋ ਬਹੁਤ ਸਾਰੇ ਜੇ ਕਹਿੰਦੇ ਬੱਚਾ ਉੱਪਰਲੇ ਦੰਦ ਕੱਢ ਲੈ ਪਹਿਲਾਂ ਉਹੀ ਕਹਿਣ ਲੱਗਿਆ ਸੀਗਾ ਤੇ ਉਹ ਕਹਿੰਦੇ ਵੀ ਉਹਨੂੰ ਦੰਦ ਠੋਕਣੇ ਉਹ ਕਹਿੰਦੇ ਠਾਕਣੇ
ਹਾਂਜੀ ਫਿਰ ਨਾਨਕਿਆਂ ਦੇ ਭਾਰੂ ਮੰਨਿਆ ਜਾਂਦਾ ਜੀ, ਨਾਨਕਿਆਂ ਦੇ ਭਾਰੂ ਹੋਏਗਾ। ਸੋ ਬਹੁਤ ਸਾਰੇ ਸਾਡੇ ਜੀਵਨ ਦੇ ਹਰ ਪੱਖ ਦੇ ਨਾਲ ਸੰਬੰਧਿਤ, ਇਹ ਵੀ ਮੰਨਿਆ ਜਾਂਦਾ ਵੇਖੋ ਕਿ ਬੱਚਾ ਜੇਕਰ ਗਲੇ ਦੇ ਵਿਚ ਬੱਚੇ ਦੇ ਨਾੜੂ ਵਲਿਆ ਹੋਵੇ, ਇਹ ਵੀ ਮੰਨਿਆ ਜਾਂਦਾ ਸੀ ਕਿ ਜਿੰਨੇ ਨਾੜੂ ਦੇ ਵਾਲ ਹੋਣਗੇ ਓਨੇ ਹੀ ਗਾਂ ਮੁੰਡੇ ਹੋਣ ਦੀ ਸੰਭਾਵਨਾ ਹੈ। ਹੁਣ ਦੇਖੋ ਵੀ ਮੈਨੂੰ ਨੀ ਲੱਗਦਾ ਅੱਜ ਕੱਲ ਦੇ ਲੋਕੀ ਇੱਕ ਜਾਂ ਦੋ ਬੱਚੇ ਤੋਂ ਬਾਅਦ ਬੱਚਾ ਨੀ ਕਰਦੇ, ਪਰ ਇਹ ਪੁਰਾਣੇ ਸਮੇਂ ਦੇ ਵਿਚ ਕਿੰਨਾ ਸਾਰਥਕ ਰਿਹਾ ਹੋਏਗਾ, ਤੇ ਅੱਜ ਤੇ ਮੈਨੂੰ ਲੱਗਦਾ ਕਿ ਇਹਨੂੰ ਮੰਨਿਆ ਹੀ ਨੀ ਜਾਂਦਾ। ਜਾਂ ਪਹਿਲੇ ਜ਼ਮਾਨੇ ਚ ਜੇ ਕਹੀਂ ਵਾਰ ਦਿੰਦੇ ਤੇ ਕਹਿੰਦੇ ਜੇ ਸੱਤ ਪੁੱਤ ਹੋਣ, ਤੇ ਮੈਨੂੰ ਲੱਗਦਾ ਅੱਜ ਕੱਲ ਤੇ ਆਪਾਂ ਮਤਲਬ ਸਰਾਪ ਹੋ ਗਿਆ। ਆਹੋ ਬਿਲਕੁਲ ਸਰਾਪ ਹੀ ਹੈ ਜੀ, ਹੁਣ ਕਿਸੇ ਦੇ ਜੀਰੇ ਹੋਣਗੇ ਤੇ ਉਹ ਤੇ ਫਿਰ ਇੱਕ ਸਰਾਪ ਹੀ ਹੈ ਨਾ ਉਹਦੇ ਲਈ। ਦੋ ਤੋਂ ਵੱਧ ਤਾਂ ਸੋਚਣ ਵਾਲੀ ਗੱਲ ਹੀ ਨੀ ਰਹੀ ਨਾ ਪੰਜਾਬੀਆਂ ਦੀ। ਦੂਜੀ ਗੱਲ ਹੈ ਕਿ ਸਾਡੇ ਕੋਲ ਜ਼ਮੀਨਾਂ ਘੱਟ ਗਈਆਂ, ਅਗਲਾ ਵੀ ਕਹਿੰਦਾ ਜੀ ਇੱਕ ਇੱਕ ਦੋ ਦੋ ਏਕੜ ਚ ਕਰੂਗਾ ਕੀ ਗਾਂ ਜੇ ਹੋਣਗੇ ਵੀ। ਪਰ ਸਿੱਧੂ ਸਰ ਮੈਂ ਇਹ ਵੀ ਸੋਚ ਰਹੀ ਸੀ ਕਿ ਰਿਸ਼ਤੇ ਕਿੰਨੇ ਖਤਮ ਹੋ ਰਹੇ ਆ, ਜਿਹਦਾ ਇੱਕ ਬੇਟਾ ਹੋ ਜਾਂਦਾ ਉਹ ਤੇ ਕਹਿੰਦਾ ਵੀ ਦੂਜਾ ਬੱਚਾ ਕਰੋ ਹੀ ਨਾ। ਤੇ ਫਿਰ ਵੀ ਮੈਂ ਮੰਨਦੀ ਹਾਂ ਕਿ ਦੋ ਬੱਚੇ ਬਹੁਤ ਜ਼ਰੂਰੀ ਨੇ ਰਿਸ਼ਤੇ, ਕੁਛ ਨਾ ਕੁਛ ਤੇ ਬੱਚੇ ਦਾ ਰਿਸ਼ਤਾ ਰਵੇ। ਔਰ ਜਿਹਦਾ ਇੱਕ ਬੇਟਾ ਹੋ ਜਾਂਦਾ, ਜਿਹਦੇ ਇੱਕ ਬੇਟੀ ਹੁੰਦੀ ਉਹ ਤੇ ਕਹਿੰਦਾ ਜੇ ਦੂਜਾ ਬੱਚਾ ਹੋ ਜੇ, ਜਿਹਦੇ ਇੱਕ ਪਹਿਲਾ ਬੇਟਾ ਉਹ ਕਹਿੰਦਾ ਜੀ ਨਹੀਂ ਅਸੀਂ ਇੱਕ ਹੀ ਪਾਲ ਸਕਦੇ ਹਾਂ। ਉਹ ਅੱਜ ਕੱਲ ਬੱਚੇ ਕਿੰਨੇ ਫਿਰ ਉਹ ਇਕੱਲਤਾ ਦੇ ਸ਼ਿਕਾਰ ਹੋਣਗੇ, ਕਿੰਨੇ ਉਹ ਕੱਲ ਸੋਰੇ ਹੋਣਗੇ। ਅੱਜ ਕੱਲ ਦੇ ਬੱਚੇ ਵੈਸੇ ਹੀ ਫੋਨਾਂ ਤੇ ਇੰਨੇ ਬਿਜ਼ੀ ਨੇ, ਤੇ ਫਿਰ ਉਹਨਾਂ ਨੂੰ ਸ਼ੇਅਰਿੰਗ ਤੇ ਉਹ ਸਾਰਾ ਕੁਝ ਕਿੱਥੋਂ ਆਏਗਾ, ਉਹਦੀ ਪਰਸਨੈਲਿਟੀ ਜਿਹੜੀ ਉਹ ਬੈਲੈਂਸ ਕਿੱਦਾਂ ਬਣੇਗੀ। ਹਾਂਜੀ ਬਿਲਕੁਲ, ਇਹੀ ਤਾਂ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਹੋਣੀ ਆ ਔਰ ਹੋ ਵੀ ਰਹੀ ਹੈ ਸਾਡੇ ਵਾਸਤੇ, ਸਾਡੀ ਮਾਨਸਿਕਤਾ ਜਿਹੜੀ ਉਹ ਪ੍ਰਭਾਵਿਤ ਹੋ ਰਹੀ ਹੈ। ਤੇ ਡਾਕਟਰ ਸਾਹਿਬ, ਇਹ ਸੀ ਪ੍ਰੈਗਨੈਂਸੀ ਦੇ ਨਾਲ ਜੁੜੇ ਆਪਾਂ ਹਨਾ ਗੱਲ ਕਰ ਰਹੇ ਸੀਗੇ ਜਿਹੜੀਆਂ ਮਿੱਥਾਂ ਨੇ, ਇਹ ਤੋਂ ਬਿਨਾਂ ਫਿਰ ਅੱਗੇ ਜੇ ਆਪਾਂ ਚੱਲਦੇ ਹਾਂ ਕਿ ਬੱਚਾ ਪੈਦਾ ਹੋ ਜਾਂਦਾ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਗੱਲਾਂ ਨੇ। ਇੱਕ ਮੇਰੇ ਯਾਦ ਹੈ ਕਿ ਉਹ ਅਣਗਿਣਤ ਦਿਨਾਂ ਦਾ ਕਹਿੰਦੇ ਹੁੰਦੇ, ਪਤਾ ਨੀ ਸੱਤ ਦਿਨਾਂ ਦਾ ਹੋ ਜਾਵੇ ਜਾਂ ਅੱਠ ਦਿਨਾਂ ਦਾ ਬੱਚਾ, ਉਹ ਐ ਵੀ ਨੀ ਬੋਲ ਕੇ ਦੱਸਦੀਆਂ ਲੇਡੀਜ਼, ਮੈਂ ਦੇਖੀ ਭਾਈ ਕਿੰਨੇ ਇੰਨੇ ਵਰਿਆਂ ਦਾ ਹੋ ਗਿਆ, ਅਣਗਿਣਤ ਵਰਾਂ ਲੱਗ ਗਿਆ ਇਹਨੂੰ, ਉਦੋਂ ਵੀ ਕਹਿੰਦੇ ਤੇ ਪਹਿਲਾਂ ਵੀ। ਤੇ ਉਹ ਮੰਜੇ ਦੇ ਥੱਲੇ ਪਾਣੀ ਵੀ ਰੱਖਿਆ ਜਾਂਦਾ ਜਿਹੜੀ ਔਰਤ ਨੇ ਬੱਚਾ ਜਣਿਆ ਹੁੰਦਾ। ਸੋ ਉਹਨਾਂ ਚੀਜ਼ਾਂ ਦੇ ਪਿੱਛੇ ਕੀ ਕਹਾਣੀਆਂ ਜੀ? ਉਹਨਾਂ ਦੇ ਮਗਰ ਵੀ ਬਹੁਤ ਸਾਰੀਆਂ ਕਹਾਣੀਆਂ ਨੇ। ਪਹਿਲੀ ਗੱਲ ਤੇ ਪਾਣੀ ਜਿਹੜਾ ਉਹ ਬੜਾ ਪਾਕ ਤੇ ਪਵਿੱਤਰ ਮੰਨਿਆ ਜਾਂਦਾ ਜੀ, ਸ਼ੁੱਧਤਾ ਦਾ ਵੀ ਪ੍ਰਤੀਕ ਹੈ। ਲੋਹਾ ਵੇਖੋ ਜਦੋਂ ਬੱਚਾ ਪੈਦਾ ਹੁੰਦਾ ਤੇ ਸਵਾ ਮਹੀਨਾ ਉਹਦੇ ਸਰਾਣੇ ਕਰਦੇ ਜਾਂ ਲੋਹੇ ਦੀ ਚੀਜ਼ ਰੱਖਦੇ ਤੇ ਕੋਈ ਬਦਰੂ ਜਿਹੜੀ ਉਹਦੇ ਲਾਗੇ ਨਹੀਂ ਆਏਗੀ। ਸੋ ਇਹ ਮੈਂ ਇੱਕ ਦਿਨ ਗੱਲ ਕਰ ਰਹੀ ਸੀ ਕਿ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਨਾ ਮੰਜੇ ਤੇ ਬੈਠ ਕੇ ਕਹਿੰਦੀ ਲੱਤਾਂ ਨੀ ਹਿਲਾਉਣੀਆਂ। ਹਾਂਜੀ ਸਹੀ ਹੈ ਨਾ, ਕਹਿੰਦੇ ਨਾ ਔਗਣ ਲੱਗਦਾ ਜੀ ਲੱਤਾਂ ਨੀ ਹਿਲਾਉਣੀਆਂ। ਹੁਣ ਦੇਖੋ ਪੁਰਾਣੇ ਸਮਿਆਂ ਚ ਸਾਡੇ ਘਰ ਜਿਹੜੇ ਉਹ ਵੈਸਟਰਨ ਸਟਾਈਲ ਦੇ ਨੀ ਬਣਦੇ ਗੇ, ਕਿਚਨ ਵੱਖਰੀ ਚ ਵੱਡਾ ਮੰਜੇ ਡੱਠੇ ਹੁੰਦੇ ਇਸ ਬਾਤ ਦੇ ਵਿਚ, ਤੇ ਉਹਦੇ ਥੱਲੇ ਹੀ ਉਹਨਾਂ ਨੇ ਕਿਚਨ ਦਾ ਸਮਾਨ ਡੱਬੇ ਡੁੱਬੇ ਰੱਖੇ ਹੁੰਦੇ ਜੋ ਵੀ ਸਮਾਨ ਪਾਇਆ ਹੁੰਦਾ ਭਾਂਡਿਆਂ ਚ, ਜੇ ਕੋਈ ਲੱਤਾਂ ਹਿਲਾਏਗਾ ਤੇ ਉਹ ਚੀਜ਼ਾਂ ਡੁੱਲਣ ਦਾ ਖਤਰਾ ਹੁੰਦਾ ਸੀ ਥੱਲਿਓ। ਹਾਂਜੀ, ਤੇ ਇਸ ਕਰਕੇ ਔਰਤਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਔਕਣ ਲੱਗਦਾ ਜੀ ਲੱਤਾਂ ਨੀ ਹਿਲਾਉਂਦੇ। ਹੁਣ ਵੇਖੋ ਵੀ ਉਹ ਵਿਸ਼ਵਾਸ ਤੇ ਬਦਲ ਗਿਆ, ਅੱਜ ਕੱਲ ਦੇ ਬੈਡ ਆ ਗਏ ਬਾਕਸ ਬੈਡ, ਤੇ ਲੱਤ ਤੇ ਹਿਲਣ ਦਾ ਮਕਸਦ ਹੀ ਮੰਜਾ ਮੰਜਾ ਹੀ ਨੀ ਰਿਹਾ ਤੇ ਲੱਤ ਕਿੱਥੋਂ ਹਿਲਣੀ ਆ, ਤੇ ਨਾ ਸਮਾਨ ਰਿਹਾ ਬੈਡ ਦੇ ਥੱਲੇ। ਸੋ ਕਿਚਨ ਚ ਸਪੌਂਜ ਗਿਆ ਜਿਹੜਾ ਕਿਚਨ ਦਾ ਸਮਾਨ ਬੈਡ ਥੱਲੇ ਹੁੰਦਾ ਸੀ, ਤੋ ਇਹ ਸਾਰੇ ਲੋਕ ਸ਼ਵਾਸ ਡੱਬਿਆਂ ਚ ਪੈ ਗਿਆ ਉੱਥੇ ਜਾ ਕੇ ਵੀ। ਹਾਂਜੀ, ਉਹ ਸਮੇ ਦੇ ਨਾਲ ਚੇਂਜ ਹੋ ਗਏ ਆ। ਸੋ ਏਦਾਂ ਦੇ ਬਹੁਤ ਸਾਰੇ ਜਿਹੜੇ ਆ ਉਹ ਮਿਲਦੇ ਆ, ਔਰ ਕਈਆਂ ਦੇ ਮਗਰ ਤੇ ਬਹੁਤ ਸਾਰੇ ਸਾਇੰਟਿਫਿਕ ਕਾਰਨ ਨੇ ਜੀ। ਹੁਣ ਦੇਖੋ ਵੀ ਕਹਿੰਦੇ ਰਾਤ ਨੂੰ ਜਿਹੜੀ ਬੁੱਕਰ ਨਹੀਂ ਫੇਰਨੀ, ਪੁਰਾਣੇ ਸਮੇਂ ਦੇ ਵਿਚ ਲਾਈਟ ਨਹੀਂ ਹੁੰਦੀ, ਜੇਕਰ ਲਾਈਟ ਨਹੀਂ ਆ ਤੇ ਉਹ ਕੋਈ ਕਹਿੰਦੇ ਵੀ ਕੀਮਤੀ ਸਮਾਨ ਘਰ ਦਾ ਬਾਹਰ ਨਾ ਚਲਦੇ ਹੂੰਜ ਕੇ, ਇਸ ਕਰਕੇ ਵਿਸ਼ਵਾਸ ਬਣਾਇਆ ਗਿਆ ਵੀ ਰਾਤ ਨੂੰ ਜਿਹੜੀ ਬੁੱਕਰ ਹੈ ਉਹ ਨਹੀਂ ਫੇਰਨੀ, ਚਾਬੀਆਂ ਨੀ ਹੜਕਾਉਣੀਆਂ ਜਿੱਦਾਂ, ਤੇ ਘੁਮਾਉਣੀਆਂ ਨੀ ਆ, ਕੋਈ ਚੀਜ਼ ਚਾਬੀ ਚੀਜ਼ ਇੰਪੋਰਟੈਂਟ ਡਿੱਗ ਪੇਗੀ, ਕੈਂਚੀ ਨੀ ਖੜਕਾਉਣੀ ਜੀ, ਕਿਸੇ ਨੂੰ ਸੱਟ ਪੇਟ ਲੱਗ ਸਕਦੀ ਉਹਦੇ ਨਾਲ ਜੀ। ਹਾਂਜੀ, ਸੋ ਏਦਾਂ ਕਰਕੇ ਬਹੁਤ ਸਾਰੇ ਜਿਹੜੇ ਲੋਕ ਕਈਆਂ ਦੇ ਮਗਰ ਬਹੁਤ ਸਾਰੇ ਸਾਇੰਟਿਫਿਕ ਕਾਰਨ ਨੇ, ਔਰ ਕਈ ਜਿਹੜੇ ਫਿਰ ਉਹ ਅੰਧ ਵਿਸ਼ਵਾਸ ਵੀ ਨੇ ਤੇ ਕਈ ਜਿਹੜੇ ਉਹ ਸਮੇਂ ਦੇ ਨਾਲ ਬਦਲ ਵੀ ਗਏ ਨੇ। ਹਾਂਜੀ ਜੀ ਬਿਲਕੁਲ, ਇਹ ਵੀ ਗੱਲ ਹੈ ਕਿ ਸਮੇਂ ਦੇ ਨਾਲ ਵੀ ਬੜਾ ਕੁਛ ਹੈ ਜਿਹੜਾ ਬਦਲਿਆ। ਲੋਕ ਮੈਨੂੰ ਲੱਗਦਾ ਕੁਛ ਕੁ ਜਿਹੜੇ ਆਪਾਂ ਕਹਿੰਦੇ ਕਿ ਡਿਵੈਲਪ ਹੋ ਗਿਆ ਸਾਰਾ ਸਿਸਟਮ, ਉਹਦੇ ਨਾਲ ਕੁਛ ਨੁਕਸਾਨ ਵੀ ਹੋਇਆ, ਕੁਛ ਫਾਇਦਾ ਵੀ ਹੋਇਆ ਹੋਊਗਾ, ਅੰਧ ਵਿਸ਼ਵਾਸਾਂ ਚੋਂ ਲੋਕ ਨਿਕਲੇ ਵੀ ਹੋਣਗੇ। ਹਾਂਜੀ ਨਿਕਲੇ ਵੀ ਨੇ, ਔਰ ਦੇਖੋ ਵੀ ਪੁਰਾਣੇ ਸਮੇਂ ਚ ਕਹਿੰਦੇ ਰਾਤ ਨੂੰ ਸ਼ੀਸ਼ਾ ਨਹੀਂ ਵੇਖਣਾ, ਹੁਣ ਇਹ ਲੋਕ ਵਿਸ਼ਵਾਸ ਚੇਂਜ ਹੋ ਗਿਆ, ਕਿੰਨੀਆਂ ਪਾਰਟੀਆਂ ਰਾਤ ਨੂੰ ਹੁੰਦੀਆਂ, ਲੋਕੀ ਤਿਆਰ ਹੋ ਗਏ ਰਾਤ ਨੂੰ ਜਾਂਦੇ ਆ, ਤੇ ਆ ਟਰੈਕਟਰ ਟਰਾਲੀਆਂ ਦੇ ਨਾਲ ਵੇਖੋ ਲੋਕਾਂ ਨੇ ਪਰਾਂਦੇ ਬੰਨੇ ਆ ਵੀ ਨਜ਼ਰ ਨਾ ਲੱਗੇ। ਹਾਂਜੀ, ਜਾਂ ਟੁੱਟਾ ਕੁਛ ਬੰਨਿਆ ਹੋਏਗਾ, ਸੋ ਉਹ ਵੀ ਸਾਰਾ ਨਜ਼ਰ ਉਤਾਰਨ ਦਾ ਸਾਧਨ ਹੈ ਕਹਿ ਲੋ ਵੀ, ਉਹ ਵੀ ਉਹਦਾ ਫਾਰਮ ਬਦਲ ਗਈ ਹੈ, ਪਰ ਹੈ ਤੇ ਹੈ ਨਾ। ਬਿਲਕੁਲ,
ਉਹ ਇੱਕ ਡੋਰੀਆਂ ਬੰਨੀਆਂ ਹੁੰਦੀਆਂ, ਇੱਕ ਦੂਜਾ ਨਿੱਕੀ ਜੀਹ ਵਾਲਾ ਵੀ ਲਾਇਆ ਹੁੰਦਾ ਹੈਗਾ। ਚਲੋ ਘਰ ਦੀ ਛੱਤ ਤੇ ਤਾਂ ਬੰਦਾ ਉਦੋਂ ਲਾ ਲੈਂਦਾ ਵੀ ਭਾਈ ਹੁਣ ਪੈਸੇ ਖਤਮ ਆ, ਤਰੀਕਾ ਸਮਝਾਉਣ ਦਾ। ਤੇ ਟਰੱਕਾਂ ਤੇ ਗੱਡੀਆਂ ਦੇ ਉੱਤੇ ਵੀ ਉਹ ਬੰਨੇ ਹੁੰਦੇ ਆ। ਤੇ ਡਾਕਟਰ ਸਾਹਿਬ, ਇਹਨਾਂ ਵਿਸ਼ਵਾਸਾਂ ਦੇ ਨਾਲ ਨਾਲ ਜਿਹੜਾ ਕੁਛ ਬਦਲਾਅ ਸਮਾਜ ਦੇ ਵਿਚ ਹੋ ਰਿਹਾ, ਸੋਚ ਦੇ ਵਿਚ ਹੋ ਰਿਹਾ, ਆਪਾਂ ਪੋਜ਼ਿਟਿਵ ਤਰੀਕੇ ਦੇ ਨਾਲ ਜਿਹਨਾਂ ਵਿਸ਼ਵਾਸਾਂ ਨੂੰ ਦੇਖਣਾ ਹੋਵੇ ਤਾਂ ਇਹਨਾਂ ਦੇ ਫਾਇਦੇ ਕਿੰਨੇ ਕੁ ਸੀ? ਫਾਇਦੇ ਸਿੱਧੂ ਸਰ ਉਹੀ ਗੱਲ ਵੀ ਹਰ ਚੀਜ਼ ਜਿਹੜੀ ਆਪਣੇ ਸਮੇਂ ਦੇ ਵਿਚ ਹੀ ਇੰਪੋਰਟੈਂਟ ਹੈ। ਹੁਣ ਫਾਇਦਾ ਇਹ ਆ ਜਿੱਦਾਂ ਕਹਿੰਦੇ ਵੀਰਵਾਰ ਕੱਪੜੇ ਨੀ ਧੋਣੇ, ਹੁਣ ਔਰਤ ਜਿਹੜੀ ਉਹ ਸਾਰੇ ਹਫ਼ਤੇ ਹੀ ਸਾਰਾ ਹਫ਼ਤਾ ਹੀ ਕੰਮ ਕਰਦੀ ਆ ਤੇ ਵੀਰਵਾਰ ਉਹਨੂੰ ਰੈਸਟ ਦੇ ਦਿੱਤੀ ਗਈ ਕਿ ਉਹ ਇਸ ਕੰਮ ਤੋਂ ਚਲੋ ਉਹਨੂੰ ਰੈਸਟ ਮਿਲਦੇ। ਫਿਰ ਮੰਗਲਵਾਰ ਜਿਹੜੇ ਕਹਿੰਦੇ ਵਾਲ ਨੀ ਕਟਵਾਉਣੇ, ਹੁਣ ਜਿਹੜਾ ਨਾਈ ਆ ਉਹਨੂੰ ਵੀ ਤੇ ਵਿਚਾਰੇ ਨੂੰ ਰੈਸਟ ਚਾਹੀਦੀ ਹੈ ਨਾ, ਫਿਰ ਉਹਨੂੰ ਮੰਗਲਵਾਰ ਰੈਸਟ ਦੇ ਦਿੱਤੀ ਗਈ। ਸੋ ਏਦਾਂ ਕਰਕੇ ਜਿਹੜੇ ਸਾਡੇ ਬਹੁਤ ਸਾਰੇ ਲੋਕ ਵਿਸ਼ਵਾਸ ਨੇ ਕਿ ਫਲਾਣਾ ਦਿਨ ਫਲਾਣਾ ਕੰਮ ਨੀ ਕਰਨਾ, ਸਿਰ ਨੀ ਧੋਣਾ, ਉਹ ਨੀ ਕਰਨਾ, ਫਿਰ ਉਹ ਵੀ ਮੈਨੂੰ ਲੱਗਦਾ ਵੀ ਇਹ ਸਾਰੀਆਂ ਉਹਦੇ ਨਾਲ ਗੱਲਾਂ ਜੁੜੀਆਂ ਹੋਈਆਂ ਨੇ। ਜਿੱਦਾਂ ਕਹਿੰਦੇ ਵੀ ਜਦੋਂ ਕਿਸੇ ਦੇ ਘਰ ਅਫਸੋਸ ਕਰਨ ਜਾਂਦੇ ਆ ਤੇ ਵੀ ਸੰਸਕਾਰ ਕਰਕੇ ਆਉਣ ਤੇ ਉਹਨਾਂ ਦੇ ਘਰ ਅਫਸੋਸ ਕਰਨ ਨੀ ਜਾਣਾ ਜਾਂ ਵੀਰਵਾਰ ਨੀ ਜਾਣਾ। ਸੋ ਕਿਉਂਕਿ ਉਹ ਪਰਿਵਾਰ ਜਿਹੜਾ ਪਹਿਲਾਂ ਹੀ ਇੰਨਾ ਪਰੇਸ਼ਾਨ ਆ, ਫਿਰ ਜਦੋਂ ਲੋਕ ਜਾਂਦੇ ਆ ਬਾਰ ਬਾਰ ਉਹੀ ਗੱਲਾਂ ਕਰਕੇ ਹੋਰ ਡਿਸਟਰਬ ਹੁੰਦੇ ਆ, ਤੋ ਉਹਨਾਂ ਦੇ ਰੈਸਟ ਦੇ ਲਈ ਉਹਨਾਂ ਨੂੰ ਵੀ ਕਿਤੇ ਰਿਲੀਫ ਜਿਹੜਾ ਉਹ ਮਿਲੇ, ਇਸ ਕਰਕੇ ਵੀ ਇਹ ਸਾਰੇ ਲੋਕ ਵਿਸ਼ਵਾਸ ਜਿਹੜੇ ਹੋਣ ਦੇ ਵਿੱਚ ਆਏ। ਜੀ, ਸ਼ਾਮ ਨੂੰ ਨੀ ਜਾਣਾ ਕਿਸੇ ਦੇ ਘਰ ਅਫਸੋਸ ਕਰਨ, ਉਹਦੇ ਮਗਰ ਵੀ ਇਹੀ ਹੈ ਕਿ ਅਗਲਿਆਂ ਨੂੰ ਵੀ ਥੋੜੀ ਰਾਹਤ ਚਾਹੀਦੀ ਹੈ, ਰੈਸਟ ਚਾਹੀਦੀ ਹੈ। ਰੋਟੀ ਪਾਣੀ ਦਾ ਟਾਈਮ ਹੁੰਦਾ ਅਸੀਂ ਸਤਰ ਵਿਛਾ ਲੈਂਦੇ ਆ ਕੇ। ਤੇ ਡਾਕਟਰ ਸਾਹਿਬ, ਨਾਲ ਜਦੋਂ ਇਹ ਵਿਸ਼ਵਾਸ ਦੀ ਗੱਲ ਕਰਦੇ ਆ, ਮਿੱਥਾਂ ਆ ਗਈਆਂ, ਕੁਛ ਅੰਧ ਵਿਸ਼ਵਾਸ ਜਿਵੇਂ ਆਪਾਂ ਪਹਿਲਾਂ ਗੱਲ ਕਰੀਏ ਕਿ ਅੰਧ ਵਿਸ਼ਵਾਸ ਜੁੜ ਜਾਂਦੇ ਆ, ਤੇ ਉਹਨੂੰ ਅਸੀਂ ਲੌਜੀਕਲੀ ਜਾਣਨ ਦੀ ਥਾਂ ਦੇ ਉੱਤੇ ਫਿਰ ਦੇਖਾ ਦੇਖੀ ਚੱਲੀ ਜਾਂਦੇ ਆ। ਹੁਣ ਇੱਕ ਚੀਜ਼ ਬੜੀ ਪੁਰਾਤਨ ਹੈ ਕਿ ਮੈਨੂੰ ਬਹੁਤ ਸਾਰੇ ਲੋਕ ਦੇਖਦੇ ਕਿ ਜਦੋਂ ਕੋਈ ਔਰਤ ਆਟਾ ਗੁੰਨਦੀ ਆ, ਉਦੋਂ ਬਾਅਦ ਇੱਕ ਕੰਨੀ ਤੋੜ ਕੇ ਦੂਜੇ ਪਾਸੇ ਲਾ ਦਿੰਦੀ ਹੈ, ਤੇ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਜੀ ਔਰਤਾਂ ਨੂੰ ਪਤਾ ਨਹੀਂ ਹੁੰਦਾ ਕਿਉਂ ਹੈ, ਪਰ ਇਹਦੇ ਪਿੱਛੇ ਕਾਰਨ ਕੀ ਹੈ ਉਹ ਆਪਾਂ ਨੂੰ ਪਤਾ। ਕਾਰਨ ਇਹੀ ਹੈ ਕਿ ਔਰਤ ਜਦੋਂ ਉਹਨੂੰ ਆਟੇ ਨੂੰ ਤੋੜ ਕੇ ਦੇਖਦੀ ਹੈ ਤਾਂ ਉਹ ਥੋੜੀ ਦੇਰ ਬਾਅਦ ਦੇਖਦੀ ਹੈ ਕਿ ਭਾਈ ਇਹ ਬਣ ਗਿਆ ਆਟਾ, ਜਿਹੜਾ ਜੇ ਆਪਾਂ 5-10 ਮਿੰਟ ਬਣਾ ਕੇ ਗੁੰਨ ਕੇ ਰੱਖਾਂਗੇ ਤਾਂ ਉਦੋਂ ਬਾਅਦ ਉਹਦੀ ਰੋਟੀ ਹੈ ਜਿਹੜੀ ਉਹ ਵਧੀਆ ਬਣੂਗੀ। ਹਾਂਜੀ, ਤੇ ਦੂਜਾ ਇਹ ਹੈ ਕਿ ਉਹ ਢਿੱਲਾ ਜਾਂ ਕਰੜਾ ਉਹ ਵੀ ਪਤਾ ਲੱਗ ਜਾਂਦਾ, ਉਹ ਵੀ ਪਤਾ ਲੱਗ ਜਾਂਦਾ। ਹਾਂਜੀ, ਪਰ ਬਹੁਤੀਆਂ ਔਰਤਾਂ ਨੂੰ ਇਹਨਾਂ ਗੱਲਾਂ ਦਾ ਵੀ ਨਹੀਂ ਪਤਾ, ਜਾਂ ਫਿਰ ਇਹ ਹੈ ਕਿ ਰੋਟੀ ਖਾਣ ਤੋਂ ਬਾਅਦ ਹੱਥ ਨਹੀਂ ਝਾੜਨੇ ਜਾਂ ਕੁਛ ਹੋਰ ਹੈ, ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਕੇਰਾਂ ਦਾ ਵਿਸ਼ਵਾਸ ਤਾਂ ਲੱਗਦੇ ਆ, ਪਰ ਲੌਜਿਕ ਤਾਂ ਕਿਤੇ ਨਾ ਕਿਤੇ ਖੜਾ ਉਹਨਾਂ ਦੇ ਵਿੱਚ। ਬਿਲਕੁਲ ਬਿਲਕੁਲ ਸਿੱਧੂ ਸਰ, ਔਰ ਲੌਜਿਕ ਨੂੰ ਅਸੀਂ ਭੁੱਲ ਕੇ ਤੇ ਅਸੀਂ ਉਹਨੂੰ ਨਾ ਇੱਕ ਵਿਸ਼ਵਾਸ ਦੇ ਤਹਿਤ ਹੀ ਕਰੀ ਜਾਂਦੇ ਆ, ਸਾਨੂੰ ਖੁਦ ਨੀ ਪਤਾ ਹੁੰਦਾ ਇਸ ਕਰਕੇ ਆਪਾਂ ਸੋਚਦੇ ਹਾਂ ਵੀ ਇਹਦੇ ਮਗਰ, ਪਰ ਜਦੋਂ ਉਹ ਵਿਸ਼ਵਾਸ ਹੋਣ ਵਿੱਚ ਆਇਆ ਹੋਏਗਾ ਤੇ ਉਹਦੇ ਮਗਰ ਉਦੋਂ ਕਾਰਨ ਵੀ ਹੋਏਗਾ ਤੇ ਉਦੋਂ ਉਹਦੇ ਮਗਰ ਲੌਜਿਕ ਵੀ ਹੋਏਗਾ। ਜੀ ਹਾਂਜੀ, ਡਾਕਟਰ ਸਾਹਿਬ ਅੱਜ ਦੇ ਜ਼ਮਾਨੇ ਦੇ ਵਿਚ ਕਿੰਨਾ ਕੁ ਬਦਲਾਅ ਆ ਰਿਹਾ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਵਿਚ? ਸਿੱਧੂ ਸਰ ਜੇ ਆਪ ਗੱਲ ਕਹੋ ਤੇ ਬਹੁਤ ਸਾਰਾ ਬਦਲਾਅ ਆ ਗਿਆ ਹੈ ਜੀ, ਔਰ ਆ ਵੀ ਰਿਹਾ ਹੈ, ਪਰ ਫਿਰ ਵੀ ਉਹੀ ਗੱਲ ਹੈ ਕਿ ਲੋਕ ਮਨ ਦੀਆਂ ਬੁਨਿਆਦੀ ਪ੍ਰਵਿਰਤੀਆਂ ਨੇ, ਇਸ ਕਰਕੇ ਲੋਕ ਜਿਹੜੇ ਆ ਔਰ ਖਾਸ ਕਰ ਜਿਹੜਾ ਧਰਮ ਨਾਲ ਜੁੜ ਜਾਂਦਾ ਹੈ, ਜਿਹੜੇ ਧਾਰਮਿਕ ਵਿਸ਼ਵਾਸ ਨੇ ਜਾਂ ਕਿ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸ਼ਠਾਨਾਂ ਦੇ ਤਹਿਤ ਆਪਾਂ ਕਰਦੇ ਹਾਂ, ਫਿਰ ਭਾਵੇਂ ਉਹਨਾਂ ਦੇ ਮਗਰ ਕੋਈ ਲੌਜਿਕ ਹੈ ਨਹੀਂ ਹੈ, ਉਹਨੂੰ ਸਾਰੇ ਹੀ ਫਿਰ ਮੰਨੀ ਜਾਂਦੇ ਆ, ਉਹ ਇੱਕ ਬਣ ਜਾਂਦਾ ਹੈ ਜਿਹਨੂੰ ਆਪਾਂ ਕਰਨਾ ਹੀ ਹੈ, ਪਾਰਟ ਆਫ ਲਾਈਫ ਹੈ। ਤੇ ਪਰ ਜਿਹੜਾ ਸਮਾਂ ਹੈ ਨਾ, ਖਾਸ ਕਰ ਜਿਹੜਾ ਇਹ ਵਾਲਾ ਡਿਜੀਟਲ ਯੁੱਗ ਆ, ਇਹਨੇ ਬੜੀ ਚੇਂਜ ਲਿਆਂਦੀ ਆ, ਔਰ ਇਹ ਜਿਹੜੀ ਕਾਲ ਆ ਇਹਨੇ ਵੀ ਬੜੀ ਚੇਂਜ ਲਿਆਂਦੀ ਆ, ਫਾਸਟ ਹੋ ਗਈ ਆ ਲਾਈਫ ਅੱਗੇ ਨਾਲੋਂ ਬਹੁਤ ਜ਼ਿਆਦਾ, ਤੇ ਅੱਗੇ ਪਰਿਵਰਤਨ ਆਉਂਦਾ ਕਿ ਜਿਹੜਾ 10 ਸਾਲਾਂ ਚ ਉਹ ਆ ਰਿਹਾ ਹੁਣ ਕਿਤੇ ਸਾਲ ਚ 6 ਮਹੀਨਿਆਂ ਚ, ਸੋ ਉਹਦੀ ਰਫ਼ਤਾਰ ਇੰਨੀ ਫਾਸਟ ਹੈ, ਤੇ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨਾਲ ਫਰਕ ਤੇ ਜਿਹੜਾ ਉਹ ਪਿਆ ਹੀ ਆ। ਜੀ ਹਾਂਜੀ, ਡਾਕਟਰ ਸਾਹਿਬ ਭੂਤ ਪ੍ਰੇਤ ਜਾਂ ਕੁਛ ਹੋਰ ਹੈ ਜਿਹੜੇ ਉਹ ਵਿਸ਼ਵਾਸਾਂ ਨੂੰ ਅੰਧ ਵਿਸ਼ਵਾਸ ਦੇ ਵਿਚ ਬਦਲ ਦਿੰਦੇ ਆ, ਉਹ ਗੱਲਾਂ ਜੱਚ ਜਾਂਦੀਆਂ ਲੋਕਾਂ ਦੇ ਮਨਾਂ ਚ ਭਾਈ ਹੁੰਦੇ ਆ, ਜਾਂ ਫਿਰ ਸਾਡੇ ਅਨਕੋਨਸ਼ੀਅਸ ਦਾ ਹਿੱਸਾ ਬਣ ਜਾਂਦੇ ਆ? ਅਨਕੋਨਸ਼ੀਅਸ ਦਾ ਹਿੱਸਾ ਤੇ ਹੈ ਹੀ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਹੈ ਡਰ, ਜਿਹੜਾ ਸਾਡੇ ਮਨ ਦੇ ਵਿਚ ਕਿਤੇ ਨਾ ਕਿਤੇ ਪਿਆ ਵਾ। ਦੇਖੋ ਹਨੇਰੇ ਚ ਆਪਾਂ ਖੜੇ ਆ ਤੇ ਭਾਵੇਂ ਕੁਛ ਵੀ ਨਾ ਹੋਵੇ ਤੇ ਸਾਨੂੰ ਐਵੇਂ ਡਰ ਲੱਗੀ ਜਾਂਦਾ, ਰੱਸੀ ਤੋਂ ਸੱਪ ਲੱਗਦਾ। ਹਾਂਜੀ, ਉਹੀ ਗੱਲ ਹੈ ਕਿ ਇਸੇ ਕਰਕੇ ਕਹਿੰਦੇ ਨੇ ਵੀ ਆਪਾਂ ਦੋ, ਇੱਕ ਡਰ ਤੇ ਇੱਕ ਅਸੁਰੱਖਿਆ, ਦੋ ਭਾਵਨਾਵਾਂ ਕਰਕੇ ਅਸੀਂ ਜਾਦੂ ਵੱਲ ਪ੍ਰੇਰੇ ਜਾਂਦੇ ਆ, ਇਹੀ ਸਾਡੇ ਅੰਦਰ ਡਰ ਬੈਠਾ ਹੈ। ਤੁਸੀਂ ਦੇਖੋ ਵੀ ਬੰਦਾ ਪਾਠ ਕਰ ਰਿਹਾ ਹੁੰਦਾ ਕਈ ਵਾਰੀ ਹਨੇਰੇ ਚ ਡਰਦਾ,
ਹਨਾ ਤੇ ਉਹ ਵੀ ਉਹਨੂੰ ਇੱਕ ਆਸਰਾ ਲੱਗਦਾ ਹੈ ਜਦੋਂ ਬੰਦਾ ਨਹਾਉਂਦਾ ਹੈ ਠੰਡੇ ਪਾਣੀ ਨਾਲ ਤੇ ਉਦੋਂ ਵੀ ਉਹਨੂੰ ਡਰ ਲੱਗ ਰਿਹਾ ਹੁੰਦਾ ਤੇ ਇਸ ਕਰਕੇ ਉਹ ਆਰਾਮ ਆਰਾਮ ਕਰਦਾ ਬੜਾ ਵਾਹਿਗੁਰੂ ਵਾਹਿਗੁਰੂ ਕਰਦਾ ਸੋ ਇਹ ਕਿਸੇ ਤਰ੍ਹਾਂ ਆਪਣਾ ਜਿਹੜਾ ਉਹ ਠੰਡ ਦਾ ਡਰ ਲੱਗਣ ਡਿਆ ਹੈ ਉਹਨੂੰ ਘੱਟ ਕਰਨ ਦੇ ਲਈ ਇਹ ਸਾਰਾ ਕੁਛ ਕਰ ਰਿਹਾ ਹੁੰਦਾ ਤੇ ਹਾਂਜੀ ਫਿਰ ਆਪਾਂ ਡਰ ਤੇ ਆਸ ਰੱਖਿਆ ਕਰਕੇ ਹੀ ਮਤਲਬ ਇਸ ਪਾਸੇ ਜਾਂਦੇ ਹਾਂ ਜੀ ਹਾਂਜੀ ਬਿਲਕੁਲ ਇਹ ਵੀ ਇੱਕ ਨਵੀਂ ਗੱਲ ਹੈ ਸੋ ਮੈਂ ਸਰੋਤਿਆਂ ਦੀ ਇਨਪੁਟ ਚਾਹੁੰਦਾ ਸੀ ਤੇ ਮੇਰੇ ਖਿਆਲ ਦੇ ਵਿਚ ਕੋਈ ਸੱਜਣ ਮੇਰੇ ਨਾਲ ਜੁੜਨਾ ਵੀ ਚਾਹੁੰਦਾ ਹੈ ਲਾਈਨ ਡਰੋਪ ਹੋ ਗਈ ਦੁਬਾਰਾ ਜੀ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਕੋਈ ਵੀ ਸਰੋਤਾ ਜਨਪਦ ਸੀ ਰੇਡੀਓ ਦਾ ਹਿੱਸਾ ਬਣ ਸਕਦਾ ਕਿਉਂਕਿ ਅਸੀਂ ਵਿਸ਼ਵਾਸ ਅੰਧ ਵਿਸ਼ਵਾਸ ਦੀ ਗੱਲ ਹੈ ਜਿਹੜੀ ਉਹ ਛੇੜੀ ਹੋਈ ਹੈ ਕਿਉਂਕਿ ਇਹ ਗੱਲਾਂ ਧਿਆਨ ਮੰਗਦੀਆਂ ਹਰ ਕਿਸੇ ਦਾ ਕਿਸੇ ਨਾ ਕਿਸੇ ਤੇ ਵਿਸ਼ਵਾਸ ਹੈ ਤੇ ਹਰ ਕਿਸੇ ਨੂੰ ਕੋਈ ਨਾ ਕੋਈ ਗੱਲ ਅੰਧ ਵਿਸ਼ਵਾਸ ਲੱਗਦੀ ਹੈ ਤੇ ਡਾਕਟਰ ਪਿੰਦਰਜੀਤ ਕੌਰ ਗਿੱਲ ਹੋਣਾ ਤੋਂ ਆਪਾਂ ਇਹ ਸਾਰੀਆਂ ਗੱਲਾਂ ਤੱਤ ਸਵੇਤ ਜਾਣਨ ਦਾ ਯਤਨ ਕਰ ਰਹੇ ਹਾਂ ਡਾਕਟਰ ਸਾਹਿਬ ਮੌਸਮ ਨੂੰ ਲੈ ਕੇ ਵੀ ਕੁਛ ਹੁੰਦੇ ਆ ਜੀ ਵਿਸ਼ਵਾਸ ਹਾਂਜੀ ਸਿੱਧੂ ਸਰ ਮੌਸਮ ਨੂੰ ਲੈ ਕੇ ਬਹੁਤ ਸਾਰੇ ਵਿਸ਼ਵਾਸ ਨੇ ਜਿੱਦਾਂ ਗੁੱਡੀ ਫੂਕਣ ਦੀ ਰਸਮ ਕੀਤੀ ਜਾਂਦੀ ਸੀ ਤੁਹਾਨੂੰ ਯਾਦ ਹੈ ਕਿ ਜਦੋਂ ਮੀਂਹ ਨਹੀਂ ਸੀ ਪੈਂਦਾ ਤੇ ਮੀਂਹ ਪਵਾਉਣ ਲਈ ਗੁੱਡੀਆਂ ਫੂਕਣ ਦੀ ਰਸਮ ਜਿਹੜੀ ਕੀਤੀ ਜਾਂਦੀ ਸੀ ਕਿ ਸਾਰੇ ਕਿਉਂਕਿ ਸਾਡੇ ਸਮਾਜ ਪੁਰਾਣੇ ਸਮਾਜਾਂ ਵਿੱਚ ਬਲੀ ਦੇਣ ਦਾ ਰਿਵਾਜ ਜਿਹੜਾ ਉਹ ਰਿਹਾ ਵਾ ਪਹਿਲਾਂ ਤੇ ਗੁੱਡੀ ਫੂਕ ਕੇ ਉਹ ਮਤਲਬ ਇੱਕ ਕਹਿ ਲੋ ਕਿ ਬਲੀ ਦੇਣ ਦਾ ਜਿਹੜਾ ਰਿਵਾਜ ਹੈ ਉਹ ਨਿਭਾਇਆ ਜਾਂਦਾ ਅਨੁਸ਼ਠਾਨ ਜਿਹੜਾ ਉਹ ਨਿਭਾਇਆ ਜਾਂਦਾ ਸੀ ਕਿ ਆਪਾਂ ਹੁਣ ਬਲੀ ਦੇ ਦਿੱਤੀ ਆ ਅਸਲੀ ਬੰਦੇ ਦੀ ਨਹੀਂ ਦਿੱਤੀ ਉਹ ਗੁੱਡੀ ਦੀ ਦੇ ਦਿੱਤੀ ਆ ਜੇ ਗੁੱਡੀ ਜਾਂ ਗੁੱਡਾ ਫੋਕ ਕੇ ਤੇ ਫਿਰ ਉਹਦੇ ਨਾਲ ਮੀਂਹ ਜਿਹੜਾ ਪਾਉਣ ਲਈ ਉਹ ਕੀਤੀ ਜਾਂਦੀ ਸੀ ਹੁਣ ਵੀ ਦੇਖੋ ਕਈ ਥਾਵਾਂ ਤੇ ਸੁੱਖਣਾ ਸੁੱਖੀ ਜਾਂਦੀ ਆ ਪਾਠ ਕਰਾਏ ਜਾਂਦੇ ਆ ਲੰਗਰ ਲਾਏ ਜਾਂਦੇ ਆ ਕਿ ਜਿਹੜਾ ਮੀਂਹ ਪੈ ਜੇ ਤੇ ਇੱਕ ਵਾਰੀ ਉਹ ਬੜੀ ਅੱਛੀ ਗੱਲ ਹੈ ਕਿ ਕੋਈ ਨਾ ਕਹਿੰਦਾ ਜੀ ਕਹਿੰਦੇ ਵੀ ਪਾਠ ਕਾਹਦੇ ਲਈ ਕਰਾਇਆ ਹੋਇਆ ਇੱਥੇ ਲੰਗਰ ਲਾਇਆ ਕਹਿੰਦੇ ਜੀ ਇਹ ਮੀਂਹ ਪਵਾਉਣ ਦੇ ਲਈ ਲਾਇਆ ਤੇ ਕਹਿੰਦੇ ਫਿਰ ਆਪਣਾ ਸਮਾਨ ਚੁੱਕੋ ਕਹਿੰਦੇ ਜੀ ਕਿਉਂ ਚੁੱਕੀਏ ਕਹਿੰਦੇ ਜੀ ਮੀਂਹ ਪੈ ਜਾਣਾ ਕਹਿੰਦੇ ਜੀ ਹਜੇ ਥੋੜਾ ਪੈ ਗਿਆ ਕਹਿੰਦੇ ਤੁਹਾਨੂੰ ਵਿਸ਼ਵਾਸ ਹੀ ਨਹੀਂ ਹੈ ਫਿਰ ਇਹਦਾ ਮਤਲਬ ਹਜੇ ਸਹੀ ਹੈ ਤੇ ਜਿੱਦਾਂ ਵੀ ਮੀਂਹ ਪਾਉਣ ਲਈ ਮੋਰ ਬਣ ਕੇ ਨੱਚਣਾ ਤੇ ਬੱਦਲਾਂ ਦੀ ਗਰਜ ਵਰਗੀਆਂ ਆਵਾਜ਼ਾਂ ਕੱਢਣ ਨਾਲ ਸੰਬੰਧਿਤ ਸੀ ਜਿਹੜੇ ਉਹ ਲੋਕ ਵਿਸ਼ਵਾਸ ਜਿਹੜੇ ਉਹ ਹੈਗੇ ਸੀ ਹਾਂਜੀ ਤੇ ਬਾਕੀ ਮੌਸਮ ਨਾਲ ਸੰਬੰਧਿਤ ਬਹੁਤ ਸਾਰੇ ਸਾਨੂੰ ਜਿਹੜੇ ਲੋਕ ਵਿਸ਼ਵਾਸ ਮਿਲਦੇ ਆ ਬਿਜਲੀ ਜਿੱਦਾਂ ਕੜਕਦੀ ਆ ਤੇ ਉਹ ਮਾਮੇ ਭਣੇਵੇਂ ਨੇ ਇਕੱਠਾ ਨਹੀਂ ਹੋਣਾ ਤੇ ਇੱਦਾਂ ਦੇ ਬਹੁਤ ਸਾਰੇ ਅਜੀਬ ਗਰੀਬ ਹੈਗਾ ਮਾਮਾ ਭਾਂਜਾ ਇਕੱਠੇ ਨਹੀਂ ਹੋਣੇ ਅਸਲ ਚ ਦੇਖੋ ਵੀ ਜਿਹੜੀ ਔਰਤ ਹੈ ਨਾ ਉਹਦੇ ਲਈ ਆਪਣਾ ਪੁੱਤਰ ਵੀ ਇੰਪੋਰਟੈਂਟ ਹੈ ਉਹਦੇ ਲਈ ਆਪਣਾ ਭਰਾ ਵੀ ਇੰਪੋਰਟੈਂਟ ਹੈ ਬਿਲਕੁਲ ਭਰਾ ਜਿਹੜਾ ਵਾ ਉਹਨੇ ਉਹਦੇ ਪੇਕਿਆਂ ਦੀ ਜਿਹੜੀ ਉਹਨੂੰ ਅੱਗੇ ਲੈ ਕੇ ਜਾਣਾ ਹੈ ਵੰਸ਼ ਨੂੰ ਤੇ ਜਿਹੜਾ ਪੋਤਿਆ ਉਹਨੇ ਉਹਦੀ ਵੰਸ਼ ਨੂੰ ਅੱਗੇ ਲੈ ਕੇ ਜਾਣਾ ਹੈ ਹਨਾ ਉਹਦੇ ਹਸਬੈਂਡ ਦੀ ਵੰਸ਼ ਨੂੰ ਤੇ ਉਹ ਔਰਤ ਜਿਹੜੀ ਉਹ ਦੋਵੇਂ ਉਹਦੇ ਲਈ ਇੰਪੋਰਟੈਂਟ ਨੇ ਇਸ ਕਰਕੇ ਉਹ ਨਹੀਂ ਚਾਹੁੰਦੀ ਵੀ ਕੋਈ ਵੀ ਇਹੋ ਜਿਹੀ ਘਟਨਾ ਵਾਪਰੇ ਕਿ ਬਿਜਲੀ ਚਮਕਣ ਵਾਲਾ ਜਾਂ ਉਹ ਜੇ ਕੋਈ ਨੁਕਸਾਨ ਹੋ ਜੇ ਹਨਾ ਤੇ ਇਸ ਕਰਕੇ ਉਹ ਚਾਹੁੰਦੀ ਵੀ ਮਾਮਾ ਭਣੇਵਾਂ ਜਿਹੜੇ ਦੋਵੇਂ ਇਕੱਠੇ ਨਾ ਰਹਿਣ ਇਹਦੇ ਵਿਚ ਅਸਲ ਵਿਚ ਉਹ ਦੋਵਾਂ ਦੀ ਖੈਰ ਸੌਖੀ ਮੰਗਦੀ ਆ ਇਸ ਕਰਕੇ ਇਹ ਚਾਹੁੰਦੀ ਆ ਤੇ ਫਿਰ ਇਹ ਵਿਸ਼ਵਾਸ ਹੀ ਬਣ ਗਿਆ ਕਿ ਮਤਲਬ ਇਹ ਉਹਨਾਂ ਨੂੰ ਇਕੱਠੇ ਨਹੀਂ ਹੋਣਾ ਚਾਹੀਦਾ ਕਿ ਉਹ ਨਹੀਂ ਚਾਹੁੰਦੀ ਕਿ ਮੇਰੇ ਦੋਵੇਂ ਜਿਹੜੇ ਆ ਉਹ ਖਤਮ ਹੋ ਜਾਣ ਜੀ ਹਾਂਜੀ ਬਿਲਕੁਲ ਇਹ ਵੀ ਬੜੀ ਅਹਿਮ ਗੱਲ ਹੈ ਔਰ ਵੱਡਾ ਇੱਕ ਵਾਰੀ ਸਾਡੀ ਬੀਜੀ ਇੱਕ ਸਟੋਰੀ ਸੁਣਾਉਂਦੇ ਹੁੰਦੇ ਸੀ ਬੜੀ ਵਧੀਆ ਫੋਕ ਟੇਲ ਸੀ ਕਿ ਇੱਕ ਔਰਤ ਹੁੰਦੀ ਆ ਤੇ ਉਹਦੇ ਸਜ਼ਾ ਹੁੰਦੀ ਆ ਭਰਾ ਨੂੰ ਪਤੀ ਨੂੰ ਤੇ ਪੁੱਤਰ ਤੇ ਨਾਂ ਨੂੰ ਫਾਂਸੀ ਦੀ ਤੇ ਜੱਜ ਕਹਿੰਦਾ ਵੀ ਤੁਸੀਂ ਤੂੰ ਤਿੰਨਾਂ ਚੋਂ ਇੱਕ ਜਾਣੇ ਨੂੰ ਬਚਾ ਸਕਦੀ ਜਿਹਨੂੰ ਮਰਜ਼ੀ ਬਚਾ ਲਾ ਤੇ ਹੁਣ ਪਤੀ ਸੋਚਦਾ ਕਿ ਮੈਂ ਮੈਨੂੰ ਬਹੁਤ ਪਿਆਰ ਕਰਦੀ ਹੈ ਮੈਨੂੰ ਬਚਾਏਗੀ ਪੁੱਤਰ ਸੋਚਦਾ ਕਿ ਮਾਮਾ ਨੂੰ ਪੁੱਤ ਬਹੁਤ ਪਿਆਰੇ ਹੈ ਮੈਨੂੰ ਬਚਾਏਗੀ ਹਨਾ ਤੇ ਭਰਾ ਸੋਚਦਾ ਕਿ ਮੈਂ ਹੁਣ ਪਿੱਛੇ ਰਹਿ ਗਿਆ ਮੈਨੂੰ ਕਿੱਥੇ ਬਚਾਉਣਾ ਇਹਨੇ ਹਨਾ ਹੋ ਸਕਦਾ ਬਚਾ ਲੇ ਪਰ ਮੁਸ਼ਕਲ ਹੀ ਆ ਤੇ ਉਹ ਕੀ ਕਰਦੀ ਹੈ ਵੀ ਉੱਠ ਕੇ ਆਪਣੇ ਭਰਾ ਦੀ ਬਾਂਹ ਫੜ ਲੈਂਦੀ ਆ ਤੇ ਉਹ ਕਹਿੰਦੇ ਵੀ ਤੂੰ ਇਹਨਾਂ ਨੂੰ ਕਿਉਂ ਨੀ ਬਚਾਇਆ ਪਤੀ ਤੇ ਪੁੱਤ ਬੜੇ ਪਿਆਰੇ ਹੁੰਦੇ ਆ ਤੂੰ ਕਿਉਂ ਨੀ ਬਚਾਇਆ ਪੁੱਤ ਨੂੰ ਉਹ ਕਹਿੰਦੀ ਵੀ ਵੇਖੋ ਭਰਾ ਜਿਹੜਾ ਨਾ ਇਹ ਮੈਨੂੰ ਦੁਬਾਰਾ ਨਹੀਂ ਮਿਲਣਾ ਤੇ ਪਤੀ ਦੇ ਵੇਖੋ ਮੈਂ ਦੁਬਾਰਾ ਵੀ ਕਰ ਲਾਂਗੀ ਤੇ ਪੁੱਤ ਹੋਰ ਵੀ ਜੰਮ ਸਕਦੀ ਆ ਉਹ ਤੇ ਮੈਨੂੰ ਮਿਲ ਸਕਦੇ ਆ ਪਰ ਭਰਾ ਤੇ ਮੈਨੂੰ ਦੁਬਾਰਾ ਨਹੀਂ ਨਾ ਮਿਲ ਸਕਦਾ ਇਸ ਕਰਕੇ ਮੈਂ ਭਰਾ ਨੂੰ ਬਚਾਇਆ ਕਿੱਡੀ ਵੱਡੀ ਗੱਲ ਹੈ ਨਾ ਕਿੱਡਾ ਵੱਡਾ ਮੈਸੇਜ ਇਸ ਗੱਲ ਦੇ ਵਿਚ ਹਾਂਜੀ ਸੋ ਇਹੀ ਤਾਂ ਮੇਰੇ ਖਿਆਲ ਦੇ ਵਿਚ ਸਾਡਾ ਜਿਹੜਾ ਫੋਕਲੋਰ ਹੈ ਨਾ ਕਿ ਕਿੰਨੀ ਵੱਡੀ ਵੱਡੀ ਗੱਲ ਹੈ ਇਹਦੇ ਚ ਛੋਟੇ ਜਿਹੇ ਸ਼ਬਦਾਂ ਚ ਰੱਖੀ ਜਾਂਦੀ ਹੈ ਹਾਂਜੀ ਤੇ ਫਿਰ ਇਹਦੇ ਤੋਂ ਮੈਨੂੰ ਹੁਣ ਮਿਰਜ਼ਾ ਸਾਹਿਬਾਂ ਦੀ ਸਟੋਰੀ ਯਾਦ ਆ ਗਈ ਹੈ ਵੀ ਕਹਿੰਦੇ ਵੀ ਉਹਨੇ ਤਰਕਸ਼ ਜਿਹੜਾ ਉਹ ਤੰਦ ਦਿੱਤਾ ਸੀ ਸਾਹਿਬਾਂ ਨੂੰ ਬੇਵਫਾ ਕਿਹਾ ਜਾਂਦਾ ਹੈ ਪਰ ਇਹ ਦੇਖੋ ਆਪਾਂ ਨੂੰ ਬੇਵਫਾ ਦੇ ਕਹਿੰਦੇ ਹਾਂ ਪਰ ਉਹ ਬੜੀ ਖੂਬਸੂਰਤ ਗੱਲ ਹੈ ਵੀ ਜੰਡ ਤੇ ਤਰਕਸ਼ ਸਾਹਿਬਾਂ ਨੇ ਸਮਿਆਂ ਨੇ ਟੰਗਿਆ ਸੀ ਜਿਹੜਾ ਸਮਾਂ ਸੀ ਉਹ ਔਰਤ ਦੇ ਚਲਾਕ ਸੀ ਹਾਂਜੀ ਬਿਲਕੁਲ ਨਾਲੇ ਉਹਨੂੰ ਇਹ ਵੀ ਪਤਾ ਸੀ ਨਾ ਕਿ ਜਿਹੜਾ ਮਿਰਜ਼ੇ ਦਾ ਨਿਸ਼ਾਨਾ ਹੈ ਉਹ ਆਲਾ ਨਹੀਂ ਜਾਂਦਾ
ਬਿਲਕੁਲ ਉਹਦੇ ਚ ਮੈਨੂੰ ਮੈਂ ਵੀ ਕਿਤੇ ਪੜਿਆ ਤੇ ਉਹ ਗੱਲ ਜਚਦੀ ਵੀ ਹੈ ਡਾਕਟਰ ਸਾਹਿਬ ਸ਼ਹਿਦ ਸਾਹਿਬਾਂ ਨੂੰ ਇਹ ਵੀ ਮਾਣ ਸੀ ਨਾ ਕਿ ਮੈਂ ਆਪਦੇ ਭਰਾਵਾਂ ਦੇ ਪੈਰੀ ਪੂਰੀ ਪੈ ਕੇ ਮੈਂ ਮਿਰਜ਼ੇ ਨੂੰ ਤਾਂ ਬਚਾ ਲੂੰਗੀ ਪਰ ਮਿਰਜ਼ੇ ਤੋਂ ਮੇਰੇ ਭਰਾ ਬਚਾਉਣੇ ਜਾਣੇ ਛੱਡਣੇ ਨੀ ਕਿਉਂਕਿ ਉਹਨੇ ਉਹਦੇ ਤੀਰ ਦਾ ਨਿਸ਼ਾਨਾ ਦੇਖਿਆ ਸੀ। ਹਾਂਜੀ ਔਰਤ ਵੇਖੋ ਵੀ ਮੈਂ ਕੋਈ ਨੀ ਦਵੰਦ ਵੇਖੋ ਜੇ ਉਹਦੇ ਨਾਲ ਪ੍ਰੇਮ ਹੈ ਤੇ ਭਰਾਵਾਂ ਨਾਲ ਵੀ ਪਿਆਰ ਹੈਗਾ ਹੈ ਉਹ ਵਿਚਾਰੀ ਕਿੱਦਾਂ ਉਹਦੀ ਸ਼ਿਕਾਰ ਹੁੰਦੀ ਆ ਤੇ ਸੰਤਾਪ ਉਹ ਵੀ ਭੋਗਦੀ ਜੇ ਮਿਰਜ਼ਾ ਮਰਦਾ ਤਾਂ ਵੀ ਉਹ ਦੁਖੀ ਆ। ਹਾਂਜੀ ਤੇ ਦੱਸੋ ਇਹ ਸਮੇਂ ਸਮੇਂ ਦੇ ਉੱਤੇ ਜਿਹੜੇ ਬਦਲਾਅ ਸਾਡੇ ਸਭਿਆਚਾਰ ਦੇ ਵਿੱਚ ਆਉਂਦੇ ਰਹੇ ਇਹਨਾਂ ਦੇ ਮੁਤਾਬਕ ਤੁਸੀਂ ਇਸ ਗੱਲ ਨੂੰ ਕਦੇ ਜਾਣਨ ਦਾ ਯਤਨ ਕੀਤਾ ਕਿ ਸਾਡੀਆਂ ਜਿਹੜੀਆਂ ਮਿੱਥਾਂ ਸੀ ਉਹ ਬਦਲਦੀਆਂ ਗਈਆਂ ਹੋਣ ਜਾਂ ਉਹਨਾਂ ਨੂੰ ਲੈ ਕੇ ਸਾਡੇ ਜਿਹੜੇ ਦੇਵੀ ਦੇਵਤੇ ਜਾਂ ਹੋਰ ਹੈ ਉਹ ਉਹਨਾਂ ਦੇ ਪ੍ਰਤੀ ਨਜ਼ਰੀਆ ਬਦਲਦਾ ਜਾਂਦਾ ਹੋਵੇ? ਉਹਨਾਂ ਪ੍ਰਤੀ ਨਜ਼ਰੀਆ ਜਿਹੜਾ ਜਿੱਦਾਂ ਤੁਸੀਂ ਮੰਨ ਲਓ ਵੀ ਅੱਜ ਦਿਨਾਂ ਰਾਤਾਂ ਗ੍ਰਹਿਆਂ ਨਕਸ਼ਤਰਾਂ ਬਾਰੇ ਬੜੇ ਮਤਲਬ ਵਿਸ਼ਵਾਸ ਨੇ ਜੀ ਮੰਨੇ ਜਾਂਦੇ ਆ ਜਿੱਦਾਂ ਕਿ ਟੁੱਟਦੇ ਤਾਰੇ ਨੂੰ ਵੇਖਣਾ ਹਨਾ ਨਾ ਵੇਖਣਾ ਜਿਹੜੇ ਵੀ ਉਹਨੂੰ ਨੀ ਵੇਖਣਾ ਜੀ ਇੱਕ ਸਰੋਤੇ ਆ ਗਏ ਜੀ ਆਪਣੇ ਨਾਲ। ਹਾਂਜੀ ਹਾਂਜੀ ਟੁੱਟੇ ਹੋਏ ਤਾਰਿਆਂ ਨੂੰ ਹਾਂਜੀ ਸਵਾਗਤ। ਹਾਂਜੀ ਮੈਂ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ ਸਿੰਧੂ ਸਾਹਿਬ ਸਤਿ ਸ੍ਰੀ ਅਕਾਲ ਤੇ ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ। ਬੜੀ ਗੱਲ ਵਧੀਆ ਕਹੀ ਜਿਹੜੀ ਧਰਮ ਵਾਲੀ ਗੱਲ ਕਹੀ ਜਦੋਂ ਹਵਾਈ ਜਹਾਜ਼ ਡੋਲਦਾ ਨਾ ਉੱਪਰ ਹਵਾ ਦੇ ਨਾਲ ਉਦੋਂ ਰੱਬ ਨੂੰ ਯਾਦ ਕਰਦੇ ਇੱਕ ਤੇ ਦੂਜਾ ਇਹ ਕਹਿ ਲਓ ਬਈ ਉਹ ਕਹਿੰਦੇ ਬਈ ਖਾਣ ਨੂੰ ਭਾਵੇਂ ਘੱਟ ਮਿਲੇ ਭਾਵੇਂ ਭੁੱਖੇ ਰਹਿ ਜਾਣ ਤੇ ਸਾਰੇ ਖਾਣ ਪੀਣ ਵਾਲੀ ਚੀਜ਼ਾਂ ਤੇ ਟੈਕਸ ਲਾ ਦੇਵੇ ਸਰਕਾਰ ਲੇਕਿਨ ਧਰਮ ਨਾਲ ਜੁੜੇ ਰਹਿਣ ਤੇ ਕਿੰਨੀ ਦੇਰ ਤੱਕ ਨਾ ਜੁੜ ਕੇ ਤੇ ਬੱਚਿਆਂ ਦੀ ਐਜੂਕੇਸ਼ਨ ਬੱਚਿਆਂ ਦਾ ਪਾਲਣ ਪੋਸ਼ਣ ਉਹਨਾਂ ਦਾ ਲੀਜਾ ਕੱਪੜਾ ਉਹਨਾਂ ਵਾਸਤੇ ਰਹਿਣ ਨੂੰ ਜਿਹੜਾ ਨਾ ਮਕਾਨ ਤੇ ਉਹਨਾਂ ਦੀ ਐਜੂਕੇਸ਼ਨ ਉਹਦਾ ਕੀ ਬਣੂਗਾ ਇਹ ਦੱਸਣ ਬਹੁਤ ਤੁਹਾਡਾ ਧੰਨਵਾਦ ਸਵਾਗਤ ਜੀ ਦੱਸੋ। ਹਾਂਜੀ ਸਿੱਧੂ ਸਰ ਉਹਨਾਂ ਨੇ ਬੜੀ ਖੂਬਸੂਰਤ ਗੱਲ ਕੀਤੀ ਹੈ ਤੇ ਵੀ ਹਵਾਈ ਜਹਾਜ਼ ਚ ਬਹਿ ਕੇ ਸਾਰੇ ਰੱਬ ਨੂੰ ਯਾਦ ਕਰਦੇ ਆ ਤੇ ਉਹ ਵੇਖੋ ਵੀ ਉਹ ਬੜਾ ਖੂਬਸੂਰਤ ਕਿਸੇ ਨੇ ਲਿਖਿਆ ਵਾ ਕਿ ਅਸੀਂ ਸਾਇੰਸ ਦੀਆਂ ਸਾਰੀਆਂ ਚੀਜ਼ਾਂ ਦੇ ਆਨੰਦ ਮਾਣ ਰਹੇ ਹਾਂ ਅੱਜ ਸੈਂਟੀਫਿਕ ਯੁੱਗ ਦੇ ਵਿਚ ਤੇ ਗੁਣ ਜਿਹੜੇ ਹੈਗੇ ਆ ਨਾ ਉਹ ਫੇਰ ਧੰਨਵਾਦ ਜਿਹੜਾ ਵਾ ਜਾਂ ਗੁਣ ਫੇਰ ਕਿਸੇ ਪੀਰ ਜਾਂ ਔਲੀਏ ਬਾਬੇ ਦੇ ਗਾਈ ਜਾਂਦੇ ਆ ਹਨਾ ਸਾਇੰਸ ਦੇ ਯੁੱਗ ਵਿਚ ਰਹਿੰਦੇ ਆ ਹਰ ਚੀਜ਼ ਸਾਇੰਸ ਦੀ ਬਿਜਲੀ ਲਾਈਟ ਯੇ ਉਹ ਇੰਸਟਰੂਮੈਂਟ ਕਿੰਨੇ ਵਰਤ ਰਹੇ ਸਭ ਕੁਝ ਸੈਂਟੀਫਿਕ ਹੈ ਗੁਣ ਫਿਰ ਪੀਰ ਬਾਬਿਆਂ ਦੇ ਗਾਈ ਜਾਂਦੇ ਆ ਤੇ ਸਾਡੀ ਜਿਹੜੀ ਮਾਨਸਿਕਤਾ ਵਾ ਨਾ ਉਹ ਜਿਹੜੀ ਪ੍ਰਿਮਿਟਿਵ ਮਾਇੰਡ ਵਾਲੀ ਆ ਉਹਦੇ ਚੋਂ ਬਾਹਰ ਜਿਹੜੀ ਉਹ ਨਹੀਂ ਆ ਰਹੀ ਸੁੱਖ ਦਸਾਂ ਦੇ ਜਾਂ ਪੰਜਾਂ ਦੇ ਪਤਾਸੇ ਸੁੱਕੇ ਜਾਂਦੇ ਹੁੰਦੇ ਸਾਡੇ ਵੇਲੇ ਪੰਜਾਂ ਦੇ ਹੁੰਦੇ ਸੀ ਹੁਣ ਵੱਧ ਗਿਆ ਰੇਟ ਤੇ ਵੀ ਜੇ ਬਾਬਾ ਹੀ ਪਾਸ ਕਰਾਉਣ ਵਾਲਾ ਹੁੰਦਾ ਆਪ ਤੋਂ 3 ਇੰਟਾਂ ਦੀ ਮੱਟੀ ਚ ਪਿਆ ਹੁੰਦਾ। ਹਾਂਜੀ ਤੇ ਬਾਕੀ ਜਿਹੜੀ ਇਹਨਾਂ ਨੇ ਗੱਲ ਕਹੀ ਆ ਵੀ ਧਰਮ ਹੀ ਜਿਹੜਾ ਉਹ ਬਚੇਗਾ ਤੇ ਬਾਕੀ ਜਿਹੜਾ ਉਹ ਸਾਰਾ ਕੁਛ ਉਹ ਕਿੰਨੇ ਕਰਨਾ ਤੇ ਮੈਂ ਸੋਚਦੀ ਹਾਂ ਵੀ ਜਿਹੜੇ ਸਾਡਾ ਧਰਮ ਹੀ ਉਹ ਆ ਜਿਹੜੇ ਆਪਾਂ ਸਾਡੀਆਂ ਡਿਊਟੀਜ਼ ਬਣਦੀਆਂ ਨੇ ਨਾ ਜੇ ਆਪਾਂ ਉਹਨਾਂ ਨੂੰ ਸਹੀ ਤਰ੍ਹਾਂ ਨਿਭਾ ਲਈਏ। ਮੈਨੂੰ ਏਦਾਂ ਲੱਗਦਾ ਕਿ ਇੱਕ ਬੜਾ ਖੂਬਸੂਰਤ ਸ਼ੇਰ ਹੈ ਕਿ ਗੁਰੂ ਦੇ ਘਰ ਨੂੰ ਸੋਨੇ ਨਾਲ ਲਿਪਣਾ ਵੀ ਠੀਕ ਸੀ ਪਰ ਕਿਸੇ ਗਰੀਬ ਦੇ ਸਿਰ ਤੇ ਹੱਥ ਧਰ ਦੋ ਤਾਂ ਬਿਹਤਰ ਸੀ ਹਨਾ ਕਿਸੇ ਗਰੀਬ ਦੇ ਸਿਰ ਤੇ ਹੱਥ ਧਰ ਦੋ ਕਿਸੇ ਨੂੰ ਕਿਸੇ ਬੱਚੇ ਦੀ ਫੀਸ ਦੇ ਦੇਣ ਦੇ ਦਈਏ ਆਪਾਂ ਲੋੜਵੰਦ ਦੀ ਹੈਲਪ ਕਰ ਦਈਏ ਤੇ ਮੈਨੂੰ ਲੱਗਦਾ ਉਹ ਕਹਿੰਦੇ ਗਰੀਬ ਦਾ ਮੂੰਹ ਹੀ ਗੁਰੂ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ ਜੀ ਗੁਰੂ ਨੇ ਇਹ ਨੀ ਕਿਹਾ ਵੀ ਉੱਥੇ ਪੈਸੇ ਤੁਹਾਡੇ ਇਲਾਕੇ ਚ ਮੇਰਾ ਇੱਕ ਦੋਸਤ ਹੈ ਉਹਨਾਂ ਨੇ ਬੜਾ ਸੋਹਣਾ ਲਿਖਿਆ ਕਿ ਅਸੀਂ ਲੰਗਰ ਲਾਈਏ ਸੜਕਾਂ ਤੇ ਰੱਜਿਆਂ ਨੂੰ ਰਜਾਈਏ ਸੜਕਾਂ ਤੇ ਬਿਲਕੁਲ ਬਿਲਕੁਲ ਔਰ ਵੇਖੋ ਵੀ ਉਹ ਜਿਹੜੇ ਲੰਗਰ ਲੱਗੇ ਹੁੰਦੇ ਨਾ ਕਈ ਵਾਰੀ ਐਕਸੀਡੈਂਟ ਦਾ ਕਾਰਨ ਬਣਦੇ ਆ ਕਿੱਦਾਂ ਉਹ ਅੱਗੇ ਹੋ ਕੇ ਕਹਿੰਦੇ ਆ ਵੀ ਹਾਂਜੀ ਤੇ ਜਿਹੜੀ ਆਪਾਂ ਧਰਮ ਦੀ ਗੱਲ ਕਰ ਰਹੇ ਕੁਝ ਗੱਲਾਂ ਸੈਂਟੀਫਿਕ ਵੀ ਨੇ ਵੇਖੋ ਜਿੱਦਾਂ ਕਹਿੰਦੇ ਸੂਰਜ ਨੂੰ ਜਲ ਦੇਣਾ ਹਨਾ ਹੁਣ ਇਹ ਤੇ ਬਹੁਤ ਸਾਰੇ ਹਿੰਦੂ ਜਿਹੜੇ ਧਰਮ ਦੇ ਲੋਕ ਨੇ ਉਹ ਸਵੇਰੇ ਉੱਠ ਕੇ ਸੂਰਜ ਨੂੰ ਜਲ ਦਿੰਦੇ ਆ ਔਰ ਇੱਕ ਅਨੁਸ਼ਠਾਨ ਦੇ ਤਹਿਤ ਦਿੰਦੇ ਆ ਜਾਂ ਉਹਨਾਂ ਦੀ ਰੀਤ ਦੇ ਤਹਿਤ ਦਿੰਦੇ ਆ ਪਰ ਹੁਣ ਸੈਂਟੀਫਿਕ ਵੇਖਿਆ ਜਾਵੇ ਤੇ ਸੂਰਜ ਜਿਹੜਾ ਵਾ ਉਹਦੇ ਤੋਂ ਜਿਹੜੀਆਂ ਸਵੇਰ ਦੀਆਂ ਕਿਰਨਾਂ ਨਿਕਲਦੀਆਂ ਉਹ ਸਾਡੀ ਬਾਡੀ ਦੇ ਉੱਤੇ ਬੜਾ ਪੋਜ਼ਿਟਿਵ ਇਫੈਕਟ ਪਾਉਂਦੀਆਂ ਨੇ ਕਿ ਸਾਡੇ ਮਾਇੰਡ ਨੂੰ ਬੜਾ ਫਰੈਸ਼ ਕਰਦੀਆਂ ਨੇ ਸਾਡੀ ਬਾਡੀ ਨੂੰ ਬੜਾ ਫਰੈਸ਼ ਕਰਦੀਆਂ ਨੇ ਸਾਡੀ ਆਈਸਾਈਟ ਜਿਹੜੀ ਉਹਦੇ ਨਾਲ ਵੱਧਦੀ ਆ
जे आप उन्होंने किरणा जिन्ना जल देने तो ओ देखते हैं फिर मेनू लगता है कि साइंटिफिक है पर ओनू आप करते इस करके पुराने समय के साथ जेडे मतलब जो वे वडेरे ही उन्होंने पता ही आप डरते करके करना है किसी काम न साइंटिफिक लॉजिक नहीं थी फिर उन्होंने सानू इस तरह कह जो तुलसी की पूजा की जाती है तुलसी हूं बड़ा मेडिकेटेड ट्री है जो साइंटिफिक है ओके बड़े फायदे ने सो इस करके तुलसी जी घर लाने लाजमी कर दी गई ओरी पूजा जी की गई और हिंदुइज्म की एक गल मेन बहुत अच्छी लगती है प्रकृति की जेडी चीज भी फायदा दिंदी है सानू कोई भी पूजन योग है जिदा हूं देखो पिपल है तो 24 घंटे ऑक्सीजन देगा इस करके कहने भी पिपल जरा पूजन योग है बड़ा वधिया है तो ये मतलब बाकी जेडे पहले है सरोती जिन्होंने गल की बड़ी वधिया कि साडे जेडे है प्रैक्टिकली जेडे काम है जो जीवन निहार दे है वो काम किने करने हैं तो वाकई नहीं सानू चाहिए भी अहीं सिर्फ मथे टेकी जाइए जा सारा कुछ करी जाइए बाकी सानू साइंटिफिक जेड़ा हैगा वा ओदे उत्ते चलना चाहिए स्रोते होर डॉक्टर साहब आए ने सो चंगा लगता जो स्रोते आउंदे आ कोई सवाल करदे हां जी स्वागत सत श्री अकाल जी सिद्धू साहब ते डॉक्टर साहब सत श्री अकाल जी अकाल जी डॉक्टर साहब तुसीं पहला काफी देर पहला एक प्रोग्राम शिरकत की दसा जी कि मतलब यूनिवर्सिटी पोस्टिंग हुई जो महाराजा रणजीत सिंह की तुम बंसावली जिक्र किया कृपा करके दोबारा दोबारा सुना सकते नोट नहीं कर सके पूरा जो तुम मेहर करो तो थोड़ा जा देखो साडे सोते हर गल नू चेते रखदे हांजी मेनू पुछया गया बंद सीधी रही कि मैं मिलके नहीं आ सकिया मैं पता जगदेव कला ने मैं वैसे उदो कोशिश की मेनू मास्टर जी पढ़ाते रहे जगदेव कला ने मतलब महाराज रणजीत सिंह केड़ी मिसल नाल संबंधित सी शुकर चकिया मिसल नाल संबंधित सी उन्हां दे फादर जेड़े सी उन्हां दा नाम मां सिंह सी मैं पुछा सी उन्हां दे फादर दा की नाम सी मैं क्या मां सिंह ते मैं क्या भी उन्हां दे दादे दा की नाम सी मैं क्या चरत सिंह ते मैं क्या भी उन्हां दे प्यो दा उन्हां दे चरत सिंह दे प्यो दा भी दसा सो इस करके मां सिंह चरत सिंह बुद्ध सिंह नौरत सिंह दल सिंह एना जी खानदान सी जेड़ा मेनु पर्सन सवाल पूछ रहा सी उन्हें मेनु कहा जिन्हें तुसी दस देने ते रणजीत सिंह नूं भी नहीं पता होना सो ए कोइंसिडेंट है कि मेनू मतलब महाराज रणजीत सिंह मेरे लिए कि सारे पंजाबियों लिए बड़े सत्कारक जिहड़ी साडी शख्सियत सी ते मेनू ओह वधिया लगदे इस करके मैं उन्हां दे बारे काफी कुछ जेड़ा ओह पढ़िया होया सी जिंदगी च कदे भी मेनू लगदा कि ज्ञान जेड़ा ना कदे भी व्यर्थ नहीं जांदा असीं कोई भी नॉलेज लई है ते मैं प्लस वन विच पढ़दी सी ते कॉलेज दे विच जेड़े बच्चे टॉप करदे सी ना उन्हां नूं साडे कॉलेज दे विच रिवाज सी कि ओह बुक्स दा ना अमाउंट दे दित्ता जांदा सी कि तुसीं हॉल बाजार जाके अमृतसर कस्तूरी लाल वालियां कोल चल जाओ ते जाके जिन्ने तुहाडे प्राइज दे पैसे ने ना जिन्नियां भी तुसीं सब्जेक्टां चों टॉप कीता है मेनू गल बड़ी अच्छी लग रही है बच्चे नू ट्रॉफी देने नालों सर्टिफिकेट देने नालों ये बुक दो अमाउंट दिया तुसी किताबां लै सकदे सी जिन्ने भी तुसी सब्जेक्ट फिर स्टॉप कीता हुंदा सी उन्ना अमाउंट तां लिख ले तो मिल जांदी सी कॉलेज तों तुसी जाके ओह बुक्स खरीद लैंदे सी ते ओह बुक्स पैक करा के कॉलेज डिपोजिट करा दिंदे सी ते जदों प्राइज डिस्ट्रीब्यूशन फंक्शन हुंदा सी ते तुहानू ओही बुक्स जिहड़ियां तुहाडे मन पसंद हुंदियां सी सानू प्राइज दे तौर ते मिलदियां सी ते मेनू उसे प्राइज दे विच ओह महाराज रणजीत सिंह दी जीवन ते वाली किताब मिली हुई सी मैं खरीदी सी ते देखो किथे मैं ओह प्लस वन च पढ़ी ते कदों मैं आके मेरी जॉब लगी किन्ने सालां बाद जी ते ओह मतलब ओह इन्ने सालां बाद मेनू मतलब ओह क्वेश्चन कुदरती उन्हां ने ओह वाला पुछना सी हिस्टरी ते शुरू हो गई गल ते उन्हां हिस्टरी दे शुरू कर लिया कि मेनू वेखो रणजीत सिंह ते आ गए ते ओह किथे किताब पढ़ी थी ते किथे काम आई सही
इस करके मेनू एदा लग रहा है की कदी भी आप कह दें एफर्ट जी वेस्ट कर गई जिंदगी कदे भी कुछ ज्ञान का कोई सीमा ही नहीं ना ज्ञान से कोई गल न्यूटन ने नहीं कही मैं कुछ गीते ही चुने मंदिर के कंधे हां जी बिलकुल ज्ञान तो फिर यही है ना जी हां जी मेरी मदद थोड़ी राम गुरु नानक साहब बहुत खूबसूरत कहते हैं एवड उचा हो सूचे को जाने सोए तो ज्ञान जरा ना उसी कोई सीमा ही नहीं है जी हां जी बिलकुल ज्ञान अज्ञानता भी कोई सीमा नहीं होनी वैसा डॉक्टर साहब है ना हां जी अज्ञानता भी नहीं है अंधविश्वास की भी नहीं है लोक विश्वास की भी नहीं है साइंटिफिक विश्वास की भी नहीं है डॉक्टर साहब दस मिनट होर ने मैं चाहना कोई रोचक गल तुसी जे आपदे वल्लों ही सुना दो तां होर वधिया होगी इन्हां विश्वासां दे नाल जुड़ी जां विश्वासां नाल जुड़ी कोई ना कोई हांजी सिद्धू सर एक विश्वासां दी जदों आपां गल करदे हां ते व्याह नाल संबंधित भी सानूं विश्वास मिलदे आ ਤੁਸੀਂ ਦੇਖੋ ਵੀ ਜਦੋਂ ਮੁੰਡਾ ਘੋੜੀ ਚੜਦਾ ਵੀ ਵਿਆਹ ਤੋਂ ਬਾਅਦ ਬੰਦਾ ਉਹੀ ਖੁਸ਼ ਰਹੂਗਾ ਹਨਾ ਇਹ ਵਿਸ਼ਵਾਸ ਹੀ ਹੈ ਪਰ ਹੈ ਹਾਂਜੀ ਸਿੱਧੂ ਸਰ ਚਲੋ ਦੇਖੋ ਵੀ ਮੈਂ ਤਾਂ ਨਾ ਕਲਾਸ ਚ ਬੱਚਿਆਂ ਨੂੰ ਕਹਿੰਦੀ ਹੁੰਦੀ ਹਾਂ ਕਿ ਬੱਚੇ ਸਾਡੇ ਪ੍ਰੋਫੈਸਰ ਸੀ ਯੂਨੀਵਰਸਿਟੀ ਡਾਕਟਰ ਭਾਟੀਆ ਸਾਨੂੰ ਪੜ੍ਹਾਉਂਦੇ ਸੀ ਉਹ ਬੜੀ ਖੂਬਸੂਰਤ ਗੱਲ ਕਹਿੰਦੇ ਸੀ ਕਹਿੰਦੇ ਸੀ ਪਿਆਰ ਵਰਗੀਆਂ ਜਿਹੜੀਆਂ ਕੋਮਲ ਭਾਵਨਾਵਾਂ ਨੇ ਨਾ ਸਰਮਾਏਦਾਰੀ ਨਿਜ਼ਾਮ ਚ ਦਰੜ ਕੇ ਰਹਿ ਜਾਂਦੀਆਂ ਨੇ ਉਹ ਗੱਲ ਸਾਨੂੰ ਉਸ ਜ਼ਮਾਨੇ ਸਮਝ ਨਹੀਂ ਆਉਂਦੀ ਕਿ ਉਹ ਕੀ ਕਹਿ ਰਿਹਾ ਹਨਾ ਕਹਿੰਦੇ ਠੀਕ ਹੈ ਇਹ ਏਡੀ ਜਿਹੜੀ ਗੱਲ ਹੈ ਪਰ ਸਮਾਂ ਜਿਹੜਾ ਨਾ ਬੜਾ ਕੁਝ ਸਿਖਾਉਂਦਾ ਤੇ ਬਾਕੀ ਜਦੋਂ ਸਮਾਂ ਤੇ ਪ੍ਰੈਕਟੀਕਲੀ ਜੀਵਨ ਦੇ ਨਾਲ ਸਾਡਾ ਵਾਹ ਪੈਂਦਾ ਤੇ ਜਦੋਂ ਅਸੀਂ ਆਪਣੀ ਲਾਈਫ ਚ ਸਟਰਗਲ ਕਰਦੇ ਹਾਂ ਜੋਬ ਕਰਦੇ ਹਾਂ ਹਨਾ ਸਾਨੂੰ ਕਿੰਨੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਬਾਕੀ ਹੀ ਫਿਰ ਮਤਲਬ ਉਹ ਲੱਗਦਾ ਕਿ ਸਰ ਉਦੋਂ ਸਾਨੂੰ ਉਹ ਗੱਲ ਦੀ ਸਮਝ ਨਹੀਂ ਪਰ ਜਦੋਂ ਜੀਵਨ ਵਿਹਾਰ ਚ ਆਪਾਂ ਪੈਂਦੇ ਹਾਂ ਹਨਾ ਕਿਉਂਕਿ ਉਹ ਥਿਓਰੀਟੀਕਲ ਲਾਈਫ ਤੇ ਪ੍ਰੈਕਟੀਕਲ ਲਾਈਫ ਚ ਬਹੁਤ ਫਰਕ ਹੈ ਬਹੁਤ ਫਰਕ ਹੈ ਜਦੋਂ ਯੂਨੀਵਰਸਿਟੀ ਚ ਪੜ੍ਹਦੇ ਹਾਂ ਕਾਲਜ ਚ ਪੜ੍ਹਦੇ ਹਾਂ ਤੁਸੀਂ ਬੜੇ ਉਹ ਕਹਿ ਲੋ ਵੀ ਸੰਨੇ ਖਾ ਬਣੇ ਹੁੰਦੇ ਆ ਉਹਦੇ ਤੋਂ ਹੈਗਾ ਨਾ ਇੱਕ ਦੁਨੀਆ ਕੁਛ ਵੀ ਨਹੀਂ ਪਤਾ ਸਾਨੂੰ ਪਤਾ ਸਾਰਾ ਕੁਛ ਹਾਂਜੀ ਫਿਰ ਕਿਹੜੀ ਇੱਕ ਫਿਲਮ ਚ ਆਮਿਰ ਖਾਨ ਦਾ ਡਾਇਲੌਗ ਸੀ ਪਹਿਲਾਂ ਤਾਂ ਮੈਂ ਬੜਾ ਬਣਦਾ ਸੀ ਤੇ ਬਾਅਦ ਵਿਚ ਉਹ ਕਿਤੇ ਗਵਾਚ ਹੀ ਗਿਆ ਜ਼ਿੰਦਗੀ ਦੇ ਵਿਚ ਆ ਕੇ ਉਹ ਹੈਨਾ ਕਰੈਕਟਰ ਜਿਹੜਾ ਮੇਰਾ ਸੀ ਉਹ ਕਿਤੇ ਲੱਭਾ ਹੀ ਨਹੀਂ ਸੋ ਵਾਕਈ ਬੜੇ ਜਾਣੇ ਜਿਹੜੇ ਯੂਨੀਵਰਸਿਟੀ ਵਿਚ ਬੜੇ ਵਧੀਆ ਵਧੀਆ ਹੁੰਦੇ ਆ ਪਰ ਬਾਅਦ ਵਿਚ ਕਿਤੇ ਉਹ ਨਜ਼ਰ ਵੀ ਨਹੀਂ ਆਉਂਦੇ ਖਾਸ ਕਰ ਮੈਂ ਕੁੜੀਆਂ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੂੰਗੀ ਬੜੀਆਂ ਵਧੀਆ ਵਧੀਆ ਕੁੜੀਆਂ ਹੁੰਦੀਆਂ ਮੁੜ ਕੇ ਵਿਚਾਰੀਆਂ ਦੇ ਪਤਾ ਨੀ ਕਿੱਥੇ ਵਿਆਹ ਹੋ ਜਾਂਦੇ ਤੇ ਕਿੱਥੇ ਰੋਲ ਹੀ ਜਾਂਦੀਆਂ ਕਈ ਤੇ ਜ਼ਿੰਦਗੀ ਚ ਲੱਭਦੀਆਂ ਹੀ ਨਹੀਂ ਆ ਕਿਉਂਕਿ ਆਪਣੇ ਘਰਾਂ ਨੂੰ ਸਮਰਪਿਤ ਹੋ ਕੇ ਰਹਿ ਜਾਂਦੀਆਂ ਨੇ ਤੇ ਗੱਲ ਇਹੀ ਸੀ ਹਾਂ ਤੁਸੀਂ ਜਿਹੜੀ ਵਿਆਹ ਦੀ ਕੀਤੀ ਸੀ ਵਿਆਹ ਦੀ ਗੱਲ ਤੁਸੀਂ ਕੀ ਕਰ ਰਹੇ ਕਿ ਇਹ ਵੀ ਵਿਸ਼ਵਾਸ ਹੀ ਆ ਵੀ ਬੰਦਾ ਖੁਸ਼ ਰਹਿੰਦਾ ਕਿ ਨਹੀਂ ਰਹਿੰਦਾ ਹਾਂਜੀ ਤੇ ਸੋ ਜਦੋਂ ਜੀਵਨ ਦੇ ਨਾਲ ਵਾਹ ਪੈਂਦਾ ਹੈ ਤੇ ਉਹ ਕਹਿ ਲੋ ਵੀ ਬੜਾ ਫਰਕ ਹੈ ਤੇ ਘੋੜੀ ਮੈਂ ਗੱਲ ਕਰਨ ਲੱਗੀ ਸੀ ਲੋਕ ਵਿਸ਼ਵਾਸ ਜਿੱਦਾਂ ਕਹਿੰਦੇ ਵੀ ਘੋੜੀ ਚੜਨਾ ਘੋੜੀ ਚੜਨਾ ਦੇਖੋ ਵੀ ਇੱਕ ਉਹ ਪ੍ਰਤੀਕ ਹੈ ਕਾਹਦਾ ਜਿੱਦਾਂ ਕੋਈ ਰਾਜਾ ਜਿੱਤ ਕੇ ਜਾਂਦਾ ਹਨਾ ਫੌਜ ਚੜਾਈ ਕਰਨ ਜਾਂਦੀ ਹੈ ਵਾਗ ਉਂਦਨ ਦੀ ਜਿਹੜੀ ਰਸਮ ਆ ਉਹਦੇ ਮਗਰ ਵੀ ਬੜਾ ਵੱਡਾ ਇੱਕ ਲੌਜਿਕ ਹੈ ਜਦੋਂ ਸਾਡਾ ਕਬੀਲਾ ਸਭਿਆਚਾਰ ਹੀ ਤੇ ਭੈਣ ਭਰਾ ਦਾ ਰਿਸ਼ਤਾ ਹੀ ਹੋਣ ਵਿਚ ਨਹੀਂ ਆਇਆ ਤੇ ਮਰਦ ਆਪਣੇ ਕਬੀਲੇ ਦੀ ਔਰਤ ਨਾਲ ਹੀ ਵਿਆਹ ਕਰਾਉਂਦਾ ਸੀ ਤੇ ਜਦੋਂ ਇੱਕ ਮਰਦ ਨੂੰ ਕਿਸੇ ਹੋਰ ਕਬੀਲੇ ਦੀ ਔਰਤ ਪਸੰਦ ਆਈ ਤੇ ਉਹਨੇ ਫਿਰ ਕਿਹਾ ਕਿ ਮੈਂ ਉਹਦੇ ਨਾਲ ਵਿਆਹ ਕਰਾਉਣਾ ਤੇ ਫਿਰ ਉਹਦੇ ਕਬੀਲੇ ਦੀ ਜਵਾਨ ਔਰਤ ਨੇ ਉਹਦੀ ਘੋੜੇ ਦੀ ਆਵਾਜ਼ ਫੜੀ ਰੋਕੀ ਕਿ ਤੂੰ ਮੇਰੇ ਹੁੰਦਿਆਂ ਕਿਸੇ ਹੋਰ ਔਰਤ ਨੂੰ ਕਿੱਦਾਂ ਵਿਆਹ ਕੇ ਲਿਆਏਗਾ ਤੇ ਫਿਰ ਉਥੋਂ ਭੈਣ ਭਰਾ ਦਾ ਰਿਸ਼ਤਾ ਨਾਤਾ ਜਿਹੜਾ ਉਹ ਰਿਸ਼ਤਾ ਹੋਣ ਵਿਚ ਆਇਆ ਸੀ ਤੇ ਫਿਰ ਉਹਨੇ ਕਿਹਾ ਵੀ ਕੋਈ ਗੱਲ ਨੀ ਮੈਂ ਤੇਰੇ ਲਈ ਕਿਸੇ ਹੋਰ ਕਬੀਲੇ ਦਾ ਬੰਦਾ ਲੱਭਾਂਗਾ ਫਿਰ ਉਹਨੇ ਕਿਹਾ ਵੀ ਕੀ ਗਰੰਟੀ ਆ ਕਿ ਉਹ ਬੰਦਾ ਮੇਰੇ ਲਈ ਵਧੀਆ ਹੋਏਗਾ ਤੇ ਫਿਰ ਉਹਨੇ ਕਿਹਾ ਸੀ ਕਿ ਮੈਂ ਤੇਰੇ ਹਰ ਰਸਮ ਦੇ ਉੱਤੇ ਪਹੁੰਚਾਂਗਾ ਜਦੋਂ ਵੀ ਤੈਨੂੰ ਲੋੜ ਹੋਏਗੀ ਇਸੇ ਕਰਕੇ ਭਰਾ ਦਾ ਜਿਹੜਾ ਵਾ ਭੈਣ ਦਾ ਹਮੇਸ਼ਾ ਭਰਾ ਤੋਂ ਪਹਿਲਾਂ ਵਿਆਹ ਕੀਤਾ ਜਾਂਦਾ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਦੂਸਰੇ ਨੰਬਰ ਦੇ ਉੱਤੇ ਇਹ ਹੁੰਦਾ ਕਿ ਭਰਾ ਦਾ ਹਰ ਭੈਣ ਦੇ ਫੰਕਸ਼ਨ ਦੇ ਉੱਤੇ ਪਹੁੰਚਣਾ ਜ਼ਰੂਰੀ ਕਰ ਦਿੱਤਾ ਗਿਆ ਈਵਨ ਔਰਤ ਜਦੋਂ ਮਰਦੀ ਹੈ ਤਾਂ ਉਹਦਾ ਖੱਪਣ ਜਿਹੜਾ ਉਹ ਵੀ ਪੇਕਿਆਂ ਤੋਂ ਜਾਂਦਾ ਕਿ ਉਹਦਾ ਹੱਕ ਹੈ ਫਿਰ ਏਦਾਂ ਦੇ ਬਹੁਤ ਸਾਰੇ ਜਿਹੜੇ ਲੋਕ ਵਿਸ਼ਵਾਸ ਨੇ ਤੇ ਤਲਵਾਰ ਫੜਨ ਦਾ ਵੀ ਦੇਖੋ ਤਲਵਾਰ ਫੜਾਈ ਜਾਂਦੀ ਹੈ ਲਾੜੇ ਨੂੰ ਉਹ ਵੀ ਦੇਖੋ ਪੁਰਾਣੇ ਸਮੇਂ ਵਿਚ ਜੰਗਲਾਂ ਚੋਂ ਬਰਾਤ ਲੰਘਦੀ ਸੀ ਹਨਾ ਤੇ ਕੁਝ ਵੀ ਜਿਹੜਾ ਉਹ ਮਿਸਹੈਪਨਿੰਗ ਜਿਹੜੀ ਉਹ ਵਾਪਰ ਸਕਦੀ ਸੀ ਫਿਰ ਤੜਬਾਲਾ ਜਿਹੜਾ ਬਣਾਇਆ ਜਾਂਦਾ ਸੀ ਕਿ ਹਨਾ ਜੇ ਲਾੜਾ ਨਹੀਂ ਰਹਿੰਦਾ ਛੋਟਾ ਜਿਹੜਾ ਹੈਗਾ ਸੀ ਉਹ ਮੁੰਡਾ ਉਹਨੂੰ ਜਾਂ ਦੇਵਰ ਜਿਹੜਾ ਉਹ ਵੀ ਦੂਜੇ ਵਾਰ ਦੇ ਸੰਦਰਭ ਵਿਚ ਉਹਦੇ ਅਰਥ ਹਨਾ ਔਰ ਦਿਓਰ ਨੂੰ ਦੇਖੋ ਭਾਬੀ ਦੀ ਗੋਦੀ ਚ ਬਿਠਾਇਆ ਜਾਂਦਾ ਸੀ ਉਹ ਵੀ ਇਹ ਕਿ ਨਰ ਤੋਂ ਨਰ ਦੀ ਉਤਪਤੀ ਕਿ ਮੁੰਡਾ ਹੀ ਹੋਵੇ ਭਰਜਾਈ ਦੇ ਘਰ ਵੀ
फिर ताली नू देखो मुंदरी पाई जांदी सी मुंदरी पाउंदे सी ओह भी तां भी जे कल नू इन फ्यूचर फोक माइंड किन्नी दूर तक सोचदा भी इन फ्यूचर इहदी टैक हो जाए इहदी भैन जिहड़ी ओहनू असीं मंग लिया असीं ओहनू विआह के जिहड़ा ओह कर सकदे आ। जिमे हुण मौत हो जांदी किसे व्यक्ति दी अज भी तुहाडे भी शायद जांदियां होणगियां सामने मकान है ना कान मकान सोहरे जाती है बंदे दे देखो हुण जिहड़ा दा बंदा पुत पोतियां दा उत्थे तां हुण भी इह ठक ठक ही अजकल बुढ़ियां दा उत्थे जाण दा पकौड़े पकौड़े कढे जांदे ने जां कुछ होर पर जदों जवानी च हुंदा सी उदों वी तां इही कारण हुंदा सी ना सामने मकान कान वगैरा दा कि जदों उत्थे जाणा है सोहरे घर उत्थे कोई फिर होर कुड़ी छोटी चाहे वह मृतक की साली होवे जां कोई होर जदों कि औरत की मौत हो जाती सी उदों फिर उत्थे पेके जांदे सी। रवायत तुहाडे पासे भी चलदी है जी सर मैनूं तुहाडी गल पूरी सुनी नहीं जां समझ नहीं आई जी हो सकदा समझ ना आई होवे हां जी मतलब जदों किसी औरत की मौत हो जाती तां उहदे पेके मकान जांदी सी सहुरिआं तों हां जी हांजी हांजी भी उ छोटी और कुड़ी है उन्होंने मतलब मृतक की छोटी भैन ओदा दुबारा उत्थे रिश्ता हो जाता सी यही मनोरथ है या कोई होर भी सी हां जी ए मगर यही मनोरथ है कि वह देख रहे जो कोई छोटी कुड़ी हैगी है ओ रिश्ता या जी चादर पाने की रस्म है साडे सभ्याचार च कीती जांदी सी आत्महत्या तो रोकने लई देखो कहा जांदा वा कि जिहड़ा एदा आत्महत्या करदा उहदी गति नहीं हुंदी आवागमन उहदी डैथ हुंदी इह एक लोक विश्वास ते बड़ा अहम हिंदू धर्म देखो गां दान करन है ना और जो बंदा बीमार है जो उन्होंने लगता उन्हें बचना नहीं दीवा बत्ती कर दी जमीन ते लटा दिंदे आ गंगा जल पाउंदे उहदे मुंह च तुलसी दपत्ता पाउंदे आ तो ये सारिया जड़िया और तुम ये वेखो मेनु लगता है कि जो घड़ा भांडे हजे भी रस्म की जाती मौत के समय घड़ा भन्न का कि कहते भी जरा है जी कपाल क्रिया की जाती है तो बंदे सिर जरा ओनू कि ठकोरिया जाता है ना कहते भी सा सारा जी बॉडी आ सब तो वा सा सिर का हिस्सा है ओर देखो जो आप गल करते हैं आर्किटाइप की ट्रायड ते एल्डर करते हैं जो यूंग कहंदा है सिर्फ साडा अनकॉन्शियस कल्या गया नहीं है वह साडे पुरखियां दा भी है मगर साडे पुरखियां दीआं वह कहंदा कि कत्ती पीढ़ियां सानू अपने प्यो दादे तो गांह ना नहीं पता हुंदा पर कहंदा कत्ती पीढ़ियां सानू जीन्स दे थ्रू जिहड़ियां प्रभावित कर गईआं ने जी ते इस करके वह साडे विच कपाल क्रिया जिहड़ी उह कीती जांदी आ उहनूं दुबारा ठकोरिया जांदा वा कि वह चंगी तरह सड़ गया है जां हना तो यह बहुत सारिया जड़िया गल्ला ने और एक मेन हूं ताली गल तो गल याद आई है केस स्टडी याद आई है डॉक्टर फ्रायड को ना एक औरत आट पेंदे जो ब्रेड सड़ती है ना तो ओनू स्मेल आ जाती है वह ब्रेड सड़न की जी स्मेल है ना ओ जो सड़ती ओनू फिट पै जाता तो डॉक्टर फ्रायड ओद एनालिसिस करता की चक्कर है तो सारी ओरी केस स्टडी सुनता वा ओनू दसदी है भी मेरा मैं ब्रेड बना रही हूं जो मेन मैसेज मिलता कि मेरी ना भैन की डेथ हो गई है उस टाइम ही सोचती है कि मेरा चंगा होया हो गया डेथ मेरा विह मेरे जीजे नाल हो जाएगा उस टाइम ओ मन च नाल ही आंदा कि आ मेरी भैन मर गई है तो मेरे दाह इना घटिया सोचन डी ओदा गिल्ट भी हैवी हुंदा है तो ओनू फिट पै जाता है इस करके जो भी कि प्रॉब्लम जुड़ जाती है ब्रेड सड़न की स्मैल जो भी कि ब्रेड सड़ती है तो नाल ही ओनू फिट पै जाता है क्योंकि ओदे उत्ते ओदा गिल्ट जिहड़ा ओह हावी हो जांदा हमेशा कि मैं अपनी भैन दे मरण दे उत्ते इदां सोचिया सी ते डॉक्टर फ्रायड ओदी ओह पूरी गल सुणदा है ते ओदे अंदरों जिहड़ी ओह गंढ बाहर चुकी हुंदी ओहनूं कढदा है ओदा कथारसिस हुंदा है ते फिर ओह औरत जिहड़ी ओह ठीक हुंदी आ जी हांजी बड़ियां सोहणियां गल्लां डॉक्टर साहिब तुहाडे कोले बड़ा कुछ है जिहड़ा सांझा कीता जा सकदा हुण अज अपने कोले समां लगभग समाप्ती दे नेड़े तेड़े आ अज पर तुसीं शेयर हजे तक कोई छेड़िया नहीं जी ओ हुण शेर अज गल्लां दूजियां मैं चलियां इस करके शेरो शायरी वल घट ध्यान गया है हांजी बाकी वक्त ते कोई याद आएगी ते ओ की कहंदे आ भी दुनिया चंद ते जा पहुंची है ते असां ने तुरना के बिल्ली रस्ता कट गई है ते केड़े घोल के तरीत पिया ते लगी तेरे मगर फिरां होरां दे ते नभी पगां फिकी गुलाबी तेरे वे जादू कर दूंगी मगर फिरेगा मेरे
ਸੋ ਏਦਾਂ ਦੇ ਬਹੁਤ ਸਾਰੀਆਂ ਉਹ ਵੀ ਮਿਲਦੀਆਂ ਨੇ ਮਿੱਠਾ ਵੀ ਤੇ ਵੇਖੋ ਸਾਡੇ ਸਰੀਰਕ ਅੰਗਾਂ ਨਾਲ ਸੰਬੰਧਿਤ ਵੀ ਵਿਸ਼ਵਾਸ ਜਿੱਦਾਂ ਸਿਰ ਵੱਡੇ ਸਰਦਾਰਾਂ ਦੇ ਤੇ ਪੈਰ ਵੱਡੇ ਗਵਾਰਾਂ ਦੇ ਇਹ ਵੀ ਮਿਲਦਾ ਇੱਕ ਲੋਕ ਵਿਸ਼ਵਾਸ ਤੇ ਜਿੱਦਾਂ ਤੀਜੇ ਅੰਕ ਨੂੰ ਬੁਰਾ ਮੰਨਿਆ ਜਾਂਦਾ ਹੈ ਵੇਖੋ ਚੰਡੀਗੜ੍ਹ ਵਿੱਚ 13 ਵਾਲਾ ਹੋਣੀ ਆ ਸੈਕਟਰ ਹਾਂ ਤੀਜਾ ਰਲਿਆ ਤੇ ਝੁੱਗਾ ਗਲਿਆ ਕਹਿ ਦਿੰਦੇ ਆ ਹਨਾ ਤੇ ਨਜ਼ਰ ਨਾਲ ਸੰਬੰਧਿਤ ਵੇਖੋ ਕਿੰਨੇ ਸਾਰੇ ਵਿਸ਼ਵਾਸ ਨੇ ਨਜ਼ਰ ਜਿਹੜੀ ਆ ਉਹ ਬੜੀ ਇੰਪੋਰਟੈਂਟ ਆ ਜੀ ਬਿਲਕੁਲ ਤੇ ਸੋ ਏਦਾਂ ਦੇ ਬਹੁਤ ਸਾਰੇ ਜਿਹੜੇ ਸਾਨੂੰ ਲੋਕ ਵਿਸ਼ਵਾਸ ਜੀਵਨ ਨਾਲ ਹਰ ਪੱਖ ਨਾਲ ਸੰਬੰਧਿਤ ਮਿਲਦੇ ਹਰ ਪੱਖ ਨਾਲ ਮੈਂ ਕਹਿੰਦੀ ਕੋਈ ਇਹੋ ਜਿਹਾ ਪੱਖ ਹੈ ਹੀ ਨਹੀਂ ਆ ਕਿ ਜਿਹਦੇ ਨਾਲ ਸਾਨੂੰ ਲੋਕ ਵਿਸ਼ਵਾਸ ਸੰਬੰਧਿਤ ਨਾ ਮਿਲ ਜੀ ਡਾਕਟਰ ਸਾਹਿਬ ਤੁਹਾਡਾ ਕੋਈ ਸੰਬੰਧਿਤ ਨੰਬਰ ਕਿਹੜਾ ਜਿਹੜੇ ਤੇ ਗੱਲਬਾਤ ਹੋ ਸਕੇ ਸਰੋਤੇ ਤੁਹਾਡੇ ਨਾਲ ਜੁੜ ਸਕਣ ਡਾਕਟਰ ਮੇਰਾ ਸਿੱਧੂ ਸਰ ਮੇਰਾ ਨੰਬਰ ਹੈਗਾ 7887478681 ਜੀ ਤੇ ਡਾਕਟਰ ਪਿੰਦਰਜੀਤ ਕੌਰ ਗਿੱਲ ਫੇਸਬੁੱਕ ਦੇ ਉੱਤੇ ਡਾਕਟਰ ਸਾਹਿਬ ਦੀ ਆਈ ਡੀ ਹੈ ਉੱਥੇ ਵੀ ਤੁਸੀਂ ਇਨ੍ਹਾਂ ਦੇ ਨਾਲ ਜੁੜ ਸਕਦੇ ਹੋ ਵਿਚਾਰਾਂ ਦੀ ਸਾਂਝ ਪਾ ਸਕਦੇ ਡਾਕਟਰ ਸਾਹਿਬ ਤੁਸੀਂ ਸਿੱਧੂ ਲਾਈਵ ਸ਼ੋਅ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧੂ ਸਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਇੰਨੀ ਇੰਟਰਸਟਿੰਗ ਆਪਾਂ ਗੱਲਬਾਤ ਕਰੀ ਉਹ ਹਲਕੀ ਫੁਲਕੀ ਤੇ ਇੰਟਰਸਟਿੰਗ ਜੀ ਬਿਲਕੁਲ ਗੱਲਬਾਤ ਕੀਤੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਾਲ ਥੈਂਕ ਯੂ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ ਡਾਕਟਰ ਪਿੰਦਰਜੀਤ ਕੌਰ ਗਿੱਲ ਆਪਣੇ ਨਾਲ ਸ਼ਾਮਲ ਸੀ ਇਸ ਵਕਤ ਪਠਾਨਕੋਟ ਤੋਂ ਗੱਲਬਾਤ ਤੁਸੀਂ ਸੁਣ ਰਹੇ ਸੀ ਤੇ ਬਾਕੀ ਗੱਲਬਾਤ ਦਾ ਸਿਲਸਿਲਾ